ਕਰਕੇ ਲਾਹਾ ਪ੍ਰਾਪਤ ਕਰੋ। ਆਓ ਬੜੇ ਪ੍ਰੇਮ ਸਹਿਤ ਆਪਾਂ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸਤਿਗੁਰੂ ਗਰੀਬ ਨਿਵਾਜ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਾਹਿਬੇ ਕਮਾਲ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪਰਮ ਪਵਿੱਤਰ ਯਾਦ ਵਿੱਚ ਤਿਨ੍ਹਾਂ ਦੇ ਨਾਮ 'ਤੇ ਸੁਸ਼ੋਭਿਤ ਹੋਏ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਕਾਜ਼ਲ ਮਰਾਨੋ ਜੋ ਦਮਦਮੀ ਟਕਸਾਲ ਦਾ ਅਸਥਾਨ ਹੈ ਗੁਰੂ ਕੀ ਕਿਰਪਾ ਨਾਲ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਸੰਗਤਾਂ ਨੇ ਅੰਮ੍ਰਿਤ ਰੂਪ ਗੁਰਬਾਣੀ ਆਰਤੀ ਆਰਤੇ ਦਾ ਕੀਰਤਨ ਸਰਵਣ ਕਰ ਆਨੰਦ ਮਾਣਿਆ।
ਆਓ ਕੁਝ ਸਮਾਂ ਆਪਾਂ ਗੁਰੂ ਕੇ ਪਾਵਨ ਇਤਿਹਾਸ ਗੁਰੂ ਕਾ ਜਸ ਵਿਚਾਰੀਏ ਸੁਣੀਏ ਆਪਣੇ ਸਮੇਂ ਨੂੰ ਸਫਲਿਆਂ ਕਰੀਏ। ਗੁਰ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਪ੍ਰੇਮ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਹਫ਼ਤੇ ਜੋ ਦੀਵਾਨ ਹਫ਼ਤਾਵਾਰੀ ਸੱਜ ਰਹੇ ਨੇ ਤਿਨ੍ਹਾਂ ਦੇ ਵਿੱਚ ਉਚੇਚੇ ਤੌਰ 'ਤੇ ਜੋ ਦਿਹਾੜਾ ਮਨਾਇਆ ਜਾ ਰਿਹਾ ਹੈ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਅਤੇ ਕੌਮ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੀ ਸਥਾਪਨਾ ਦਾ ਦਿਹਾੜਾ। ਇਹਨਾਂ ਦਿਨਾਂ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ 'ਤੇ ਇਹ ਮਹਾਨ ਕਿਰਪਾਲਤਾ ਕੀਤੀ ਸੀ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਾਵਨ ਧਰਤੀ 'ਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ, ਕਥਾ ਆਪ ਕਰਕੇ ਅਰਥ ਵੀ ਪੜ੍ਹਾਏ ਅਤੇ ਨਾਲ ਇਹ ਅਰਥਾਂ ਦੀ ਸੰਪਰਦਾ ਗੁਰਮਤਿ ਦੇ ਪ੍ਰਚਾਰ ਵਾਸਤੇ ਸਤਿਗੁਰੂ ਜੀ ਨੇ ਪ੍ਰਾਰੰਭ ਕੀਤੀ। ਵਿਚਾਰ ਅੱਜ ਆਰੰਭ ਕਰ ਰਿਹਾ ਹਾਂ ਔਰ ਅੱਜ ਤੋਂ ਆਰੰਭ ਹੋਈ ਵਿਚਾਰ ਕੱਲ੍ਹ ਦੁਪਹਿਰ ਦੇ ਦੀਵਾਨ ਵਿੱਚ ਵੀ ਜਾਰੀ ਰਹੇਗੀ। ਆਰੰਭ ਤੋਂ ਬੇਨਤੀ ਕਰਾਂ, ਇਤਿਹਾਸ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਪ੍ਰਗਟ ਹੋਏ। ਕੱਤਕ ਸੁਦੀ ਪੂਰਨਮਾਸ਼ੀ ਸੰਮਤ 1526 ਬਿਕਰਮੀ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਵਿਖੇ, ਜਿਸ ਨੂੰ ਅੱਜ ਆਪਾਂ ਸਤਿਗੁਰਾਂ ਦੇ ਪਵਿੱਤਰ ਨਾਮ ਅਤੇ ਨਨਕਾਣਾ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਹਾਂ, ਪਿਤਾ ਬਾਬਾ ਕਲਿਆਣ ਚੰਦ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ। ਇਸ ਸਾਲ ਸਮੁੱਚਾ ਜਗਤ ਸਤਿਗੁਰੂ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਿਹਾ ਹੈ। ਕੌਣ ਹਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ? ਗੁਰਬਾਣੀ ਦੇ ਵਿੱਚ ਇਹ ਪਰਮ ਪਵਿੱਤਰ ਫੁਰਮਾਨ ਹੈ, ਭੱਟ ਰਸਨਾ ਦੇ ਰਾਹੀਂ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆਓ। ਭਾਵੇਂ ਕਿ ਅੱਜ ਸਿੱਖੀ ਨੂੰ ਢਾਹ ਲਾਉਣ ਵਾਲੇ ਲੋਕ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸਿੱਖ ਪ੍ਰਚਾਰਕ ਨੇ, ਕੋਈ ਅਗਾਂਹ ਵਧੂ ਅਪਗ੍ਰੇਡ ਕਹਾਉਂਦੇ ਨੇ, ਕੋਈ ਜਾਗਰੂਕ ਕਹਾਉਂਦੇ ਨੇ, ਉਹਨਾਂ ਵੱਲੋਂ ਪੂਰਾ ਟਿੱਲ ਲਾਇਆ ਜਾ ਰਿਹਾ ਇਹ ਸਿੱਧ ਕਰਨ ਵਾਸਤੇ ਕਿ ਸਤਿਗੁਰੂ ਜੀ ਵੀ ਆਮ ਮਨੁੱਖੀ ਸਨ ਅਤੇ ਸਮਾਜ ਸੁਧਾਰਕ ਸਨ। ਪਰ ਨਹੀਂ ਸਾਧ ਸੰਗਤ ਜੀ, ਗੁਰਬਾਣੀ ਦੇ ਹਵਾਲੇ ਸਾਨੂੰ ਇਹ ਦੱਸ ਰਹੇ ਨੇ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਆਪ ਪਰਮਾਤਮਾ ਦਾ ਰੂਪ ਹਨ। ਸਤਿਗੁਰੂ ਜੀ ਨਾ ਤਾਂ ਆਮ ਮਨੁੱਖ ਹਨ, ਨਾ ਖਾਸ ਮਨੁੱਖ ਹਨ, ਨਾ ਪਰਮ ਮਨੁੱਖ ਹਨ।
ਬਲਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰ ਵਰਿਆਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਓ। ਨਾਰਾਇਣ ਅਕਾਲ ਪੁਰਖ ਵਾਹਿਗੁਰੂ ਆਪ ਆਪਣੀਆਂ ਸਰਬ ਸ਼ਕਤੀਆਂ ਦੇ ਸਹਿਤ ਹੋ ਕੇ ਇਸ ਸੰਸਾਰ ਦੇ ਵਿੱਚ ਪ੍ਰਕਾਸ਼ਮਾਨ ਹੋਇਆ। ਉਹ ਵਾਹਿਗੁਰੂ ਜੋ ਨਿਰੰਕਾਰ ਨਿਰਆਕਾਰ ਹੈ, ਜਿਸ ਦਾ ਕੋਈ ਚੱਕਰ ਚਿੰਨ੍ਹ ਨਹੀਂ, ਕੋਈ ਰੂਪ ਰੇਖ ਨਹੀਂ, ਕੋਈ ਸਰੀਰ ਆਦਿਕ ਨਹੀਂ, ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਆਕਾਰ ਧਾਰਿਆ ਸਾਡੇ ਵਰਗਾ। ਮਨੁੱਖਾ ਜਾਮੇ ਵਿੱਚ ਵਾਹਿਗੁਰੂ ਆਪ ਆਇਆ ਔਰ ਆਪਣੀ ਜੋਤ ਦਾ ਇਸ ਜਗਤ ਮੰਡਲ ਦੇ ਵਿੱਚ ਪ੍ਰਕਾਸ਼ ਕੀਤਾ। ਕਾਹਦੇ ਲਈ ਆਏ ਨੇ? ਸੰਸਾਰ ਨੂੰ ਸਿੱਧੇ ਰਸਤੇ ਪਾਉਣ ਵਾਸਤੇ, ਦੀਨ ਦੁਖੀਆਂ ਨੂੰ ਤਾਰਨ ਲਈ, ਤਪਦੇ ਹਿਰਦਿਆਂ ਨੂੰ ਠਾਰਨ ਲਈ, ਜਗਤ ਜਲੰਦੇ ਦੀ ਰੱਖਿਆ ਕਰਨ ਵਾਸਤੇ, ਲੋਕ ਪਰਲੋਕ ਦੇ ਸੁੱਖ ਬਖਸ਼ਿਸ਼ ਕਰਨ ਵਾਸਤੇ, ਸੱਚ ਧਰਮ ਦਾ ਪ੍ਰਚਾਰ ਕਰਕੇ ਉਸ ਸੱਚ ਧਰਮ ਦੇ ਨਾਲ ਲੋਕਾਈ ਨੂੰ ਜੋੜ ਕੇ ਕੁੱਲ ਲੋਕਾਈ ਦਾ ਭਲਾ ਕਰਨ ਵਾਸਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸੰਸਾਰ ਦੇ ਵਿੱਚ ਪ੍ਰਕਾਸ਼ਮਾਨ ਹੋਏ ਨੇ। ਔਰ ਇਤਿਹਾਸ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਜਾਣਦੀਆਂ ਹਨ ਕਿ ਸਰੀਰਕ ਬਚਪਨ ਦਾ ਸਮਾਂ ਆਪ ਜੀ ਦੇ ਪਾਵਨ ਪ੍ਰਕਾਸ਼ ਅਸਥਾਨ ਵਾਲੀ ਧਰਤੀ ਸ੍ਰੀ ਨਨਕਾਣਾ ਸਾਹਿਬ ਰਾਏ ਭੋਇਕੀ ਤਲਵੰਡੀ ਵਿਖੇ ਗੁਜ਼ਰਿਆ। ਬਾਲ ਲੀਲਾ ਦੇ ਅਨੇਕਾਂ ਕੌਤਕ ਵੀ ਹੋਏ, ਉਪਰੰਤ ਲੰਮਾ ਸਮਾਂ ਸੁਲਤਾਨਪੁਰ ਲੋਧੀ ਵਿਖੇ ਨਿਵਾਸ ਰੱਖਿਆ ਅਤੇ ਫਿਰ ਉੱਥੋਂ ਹੀ ਆਪ ਜੀ ਨੇ ਜਗਤ ਦੇ ਉਧਾਰ ਦੇ ਵਾਸਤੇ ਸੰਸਾਰ ਦੀ ਯਾਤਰਾ ਆਰੰਭ ਕੀਤੀ। ਸਮੇਂ ਸਮੇਂ ਮੁਤਾਬਕ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਚਾਰ ਉਦਾਸੀਆਂ ਕਿਹਾ ਜਾਂਦਾ ਹੈ। ਨਨਕਾਣਾ ਸਾਹਿਬ ਜੀ ਦੀ ਧਰਤੀ ਤੋਂ ਲੈ ਕੇ ਔਰ ਅਗਾਂਹ ਆਪਣੇ ਸਰੀਰਕ ਰੂਪ ਨੂੰ ਕਾਇਮ ਰੱਖਣ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁੱਲ ਸੰਸਾਰ ਵਿੱਚ ਨਾਮ ਬਾਣੀ ਦਾ ਛੱਟਾ ਦਿੱਤਾ। ਭਰਮਾਂ ਵਿੱਚ ਭੁੱਲੀ ਹੋਈ ਲੋਕਾਈ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਿਆ। ਆਮ ਤੌਰ 'ਤੇ ਸਮਾਜ ਦੇ ਮੁੱਖ ਰੂਪ ਵਿੱਚ ਤਿੰਨ ਵਰਗ ਕਹੇ ਜਾਂਦੇ ਨੇ। ਇੱਕ ਸਾਡਾ ਆਮ ਸਧਾਰਨ ਵਰਗ ਹੈ, ਆਪਣੇ ਗ੍ਰਿਸ਼ਤੀ ਜੀਵਨ ਦਾ ਨਿਰਬਾਹ ਕਰਨਾ, ਮਿਹਨਤ ਕਰਨੀ, ਕੁਝ ਕੰਮ ਕਾਰ ਕਰਨਾ, ਧਰਮ ਦੀ ਕਿਰਤ ਕਰਨੀ, ਕਮਾਈ ਕਰਨੀ ਔਰ ਉਸ ਕਮਾਈ ਤੋਂ ਪੈਦਾ ਹੋਣ ਵਾਲੇ ਧਨ ਦੇ ਨਾਲ ਆਪਣੇ ਲਈ, ਆਪਣੇ ਪਰਿਵਾਰ ਲਈ ਸੁੱਖ ਸਹੂਲਤਾਂ ਪੈਦਾ ਕਰਨੀਆਂ, ਇਹ ਆਮ ਤੌਰ 'ਤੇ ਸਮਾਜਿਕ ਪੱਧਰ ਦਾ ਜੀਵਨ ਹੈ। ਦੂਸਰੀ ਕਿਸਮ ਦੇ ਉਹ ਲੋਕ ਕਹੇ ਜਾਂਦੇ ਨੇ ਜਿਹੜੇ ਇਸ ਸਮਾਜਿਕ ਪੱਧਰ ਤੋਂ ਨੀਵੇਂ ਪੱਧਰ ਦੀ ਜ਼ਿੰਦਗੀ ਜਿਉਂਦੇ ਨੇ। ਜਿਨ੍ਹਾਂ ਨੂੰ ਆਮ ਸਮਾਜ ਨਾਲੋਂ ਨੀਵੇਂ ਜਾਣਿਆ ਜਾਂਦਾ, ਉਹਨਾਂ ਦੀਆਂ ਨੀਚ ਕਰਨੀਆਂ ਕਰਕੇ, ਕੋਈ ਚੋਰ, ਕੋਈ ਡਾਕੂ, ਕੋਈ ਲੁਟੇਰੇ, ਕੋਈ ਧਾੜਵੀ, ਕੋਈ ਰਾਹ ਮਾਰ, ਕੋਈ ਨਸ਼ਈ, ਕੋਈ ਵਿਸ਼ਈ, ਇਹੋ ਜਿਹੇ ਲੋਕ ਜਿਹੜੇ ਨੇ ਸਮਾਜ ਵਿੱਚ, ਉਹਨਾਂ ਨੂੰ ਉਹਨਾਂ ਦੀਆਂ ਨੀਚ ਕਰਨੀਆਂ ਕਰਕੇ ਦੁਤਕਾਰਿਆ ਜਾਂਦਾ। ਇਉਂ ਉਹਨਾਂ ਦੀ ਜਿਹੜੀ ਜੀਵਨ ਦੀ ਸੋਚ ਹੈ ਉਹ ਨੀਵੇਂ ਪੱਧਰ ਦੀ ਹੈ। ਜਿਹੜਾ ਤੀਸਰਾ ਵਰਗ ਹੈ ਉਹ ਆਮ ਸਮਾਜਿਕ ਜੀਵਨ ਨਾਲੋਂ ਕੁਝ ਉਚੇਰਾ ਮੰਨਿਆ ਜਾਂਦਾ,
ਤੇ ਆਮ ਸਮਾਜਿਕ ਜੀਵਨ ਵਾਲੇ ਲੋਕ ਉਹਨਾਂ ਨੂੰ ਸਤਿਕਾਰ ਦਿੰਦੇ ਨੇ, ਆਦਰ ਦਿੰਦੇ ਨੇ। ਉਹ ਹਨ ਧਰਮ ਤੇ ਚੱਲਣ ਵਾਲੇ ਜਾਂ ਧਰਮ ਤੇ ਚੱਲਣ ਦਾ ਦਿਖਾਵਾ ਕਰਨ ਵਾਲੇ ਲੋਕ, ਧਰਮੀ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਸੋ ਉਹਨਾਂ ਧਰਮ ਆਗੂਆਂ ਨੂੰ, ਉਹਨਾਂ ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਜਾਂ ਚੱਲਣ ਦਾ ਦਿਖਾਵਾ ਕਰਨ ਵਾਲਿਆਂ ਨੂੰ ਲੋਕ ਜੋ ਹਨ ਉਹ ਆਦਰ ਵੀ ਦਿੰਦੇ ਨੇ, ਸਤਿਕਾਰ ਵੀ ਦਿੰਦੇ ਨੇ, ਤੇ ਉਹਨਾਂ ਦਾ ਪੱਧਰ ਜਿਹੜਾ ਆਮ ਸੰਸਾਰਿਕ ਜੀਵਨ ਨਾਲੋਂ ਉੱਪਰ ਮੰਨਿਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨਾਂ ਹੀ ਕਿਸਮਾਂ ਦੇ ਲੋਕਾਂ ਨੂੰ ਮਿਲੇ ਨੇ ਤੇ ਸਾਰਿਆਂ ਨੂੰ ਸਿੱਧੇ ਰਸਤੇ ਪਾਇਆ ਹੈ। ਜੇ ਨੀਵੇਂ ਪੱਧਰ ਦੀ ਸੋਚ ਵਾਲਿਆਂ ਦੀ ਗੱਲ ਕਰ ਲਈਏ ਤਾਂ ਕਿਧਰੇ ਭੂਮੀਏ ਵਰਗੇ ਚੋਰ, ਕਿਧਰੇ ਕੌਡੇ ਵਰਗੇ ਆਦਮਖੋਰ ਰਾਖਸ਼, ਕਿਧਰੇ ਲਾਜਵਰਦ ਵਰਗੇ ਦੈਂਤ, ਕਿਧਰੇ ਦੇਵਲੂਤ ਵਰਗੇ, ਕਿਧਰੇ ਸੰਨਿਆਸੀ ਹਨ,
ਪਾਪੀ ਹਨ, ਬ੍ਰਹਮਚਾਰੀ ਹਨ। ਹਿੰਦੂ ਜਗਤ ਦੇ ਵਿੱਚੋਂ ਇਸੇ ਤਰ੍ਹਾਂ ਕੋਈ ਪੰਡਿਤ ਇਤਿਹਾਸਕ ਹਨ। ਮੁਸਲਮਾਨ ਧਰਮ ਵਿੱਚੋਂ ਕਈ ਪੀਰ, ਕਈ ਫਕੀਰ, ਕਈ ਮੁੱਲਾ, ਕਈ ਮੌਲਵੀ ਔਰ ਇਸੇ ਪ੍ਰਕਾਰ ਕਈ ਗੌਸ, ਕਈ ਕੁਤਬ। ਸਤਿਗੁਰੂ ਸੱਚੇ ਪਾਤਸ਼ਾਹ ਦਾ ਉਹਨਾਂ ਦੇ ਨਾਲ ਵੀ ਮੇਲ ਮਿਲਾਪ ਹੁੰਦਾ ਹੈ। ਕਿਧਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਆਲਕੋਟ ਦੀ ਧਰਤੀ 'ਤੇ ਜਾ ਕੇ ਉੱਥੋਂ ਪਖੰਡ ਦਾ ਖਾਤਮਾ ਕਰਕੇ ਸੱਚਾ ਧਰਮ ਦ੍ਰਿੜ ਕਰਾਉਂਦੇ ਨੇ। ਕਿਧਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਚੀਆਂ ਪਹਾੜੀਆਂ 'ਤੇ ਬੈਠੇ ਤਪੱਸਵੀ ਵਾਲੀ ਵਧਾਰੀ ਦਾ ਵਾਲ ਕੱਢ ਕੇ ਯੂਸਫ ਦੇ ਰਸਤੇ ਪਾਉਂਦੇ ਨੇ। ਅਨੇਕਾਂ ਪੰਡਤਾਂ ਨਾਲ, ਅਨੇਕਾਂ ਯੋਗੀਆਂ ਦੇ ਨਾਲ ਔਰ ਇਸੇ ਪ੍ਰਕਾਰ ਯੋਗ ਮਾਰਗ ਦੇ ਚੱਲਣ ਵਾਲੇ ਜਿਹੜੇ 84 ਸਿੱਧ ਨੇ ਉਹਨਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਜਾ ਕੇ ਮਿਲਦੇ ਨੇ ਅਤੇ ਉਹਨਾਂ ਨੂੰ ਅਸਲੀ ਧਰਮ ਦਾ ਗਿਆਨ ਕਰਾਉਂਦੇ ਨੇ। ਭਾਈ ਧਰਮੀ ਤਾਂ ਆਪਣੇ ਆਪ ਨੂੰ ਕਹਾਉਂਦੇ ਹੋ ਪਰ ਸੱਚ ਧਰਮ ਦਾ ਤੁਹਾਨੂੰ ਗਿਆਨ ਨਹੀਂ। ਉਹਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੱਚੇ ਧਰਮੀ ਬਣਾ ਕੇ ਨਿਵਾਜਦੇ ਨੇ ਅਤੇ ਉਹਨਾਂ 'ਤੇ ਵੀ ਕਿਰਪਾ ਕਰਕੇ ਉਹਨਾਂ ਦੇ ਜੀਵਨ ਵਿੱਚ ਸੁਚੱਜੀ ਸੋਧ ਲਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਮਹਾਨ ਕਿਰਪਾ ਕਰਕੇ ਨਿਵਾਜ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੋੜਦੇ ਨੇ। ਇਹ ਉਹ ਬੇਅੰਤ ਪਰਮ ਉਪਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਸਾਰ 'ਤੇ ਕੀਤੇ। ਹਰੇਕ ਵਰਗ ਨੂੰ ਉਪਦੇਸ਼ ਦਿੱਤਾ। ਗੁਰਬਾਣੀ ਦਾ ਫਰਮਾਨ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਦਾ ਵਰਨਾ ਕੋ ਸਾਂਝਾ, ਕੋਈ ਵਿਤਕਰਾ ਨਹੀਂ ਰੱਖਿਆ। ਹਿੰਦੁਸਤਾਨ ਵਿੱਚ ਖਾਸ ਤੌਰ 'ਤੇ ਮਨੂ ਸਿਮਰਤੀ ਦੇ ਅਨੁਸਾਰ ਜਿਹੜੀ ਵਰਨ ਵੰਡ ਪਈ ਹੋਈ ਸੀ ਉਸ ਵਰਨ ਵੰਡ ਮੁਤਾਬਕ ਮਨੂ ਸਿਮਰਤੀ ਦੇ ਕਹੇ ਅਨੁਸਾਰ ਉਪਦੇਸ਼ ਦੇਣ ਦਾ ਹੱਕ ਕੇਵਲ ਬ੍ਰਾਹਮਣ ਕੋਲ ਹੈ ਅਤੇ ਉਪਦੇਸ਼ ਲੈਣ ਦਾ ਹੱਕ ਉੱਚ ਜਾਤੀ ਵਾਲਿਆਂ ਨੂੰ ਜਾਂ ਨੀਵੀਂ ਜਾਤੀ ਵਾਲਿਆਂ ਨੂੰ ਉਪਦੇਸ਼ ਲੈਣ ਦਾ ਕੋਈ ਹੱਕ ਨਹੀਂ। ਪਰ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹ ਵੰਡੀਆਂ ਖਤਮ ਕਰ ਦਿੱਤੀਆਂ, ਸਮਾਜਿਕ ਬਰਾਬਰੀ ਦਾ ਅਹਿਸਾਸ ਪੈਦਾ ਕੀਤਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਕ ਕਰਨਾ ਕੋ ਸਾਂਝਾ, ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਜੀ ਨੇ ਬਖਸ਼ਿਸ਼ ਕੀਤਾ। ਫਿਰ ਬੇਨਤੀ ਕਰਾਂ ਜੇ ਬ੍ਰਾਹਮਣ ਕਹਿ ਦੇਈਏ ਤਾਂ ਅਨੇਕਾਂ ਐਸੇ ਬ੍ਰਾਹਮਣ ਹਨ ਪੰਡਿਤ ਹਰਦਿਆਲ ਜੀ ਵਰਗੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਤਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਖੱਤਰੀਆਂ ਦੀ ਗੱਲ ਕਰ ਲਈਏ ਤਾਂ ਰਾਜਾ ਸੁਖ ਸਿੰਘ ਵਰਗੇ, ਰਾਜਾ ਮੰਗਲ ਸਿੰਘ ਵਰਗੇ ਹੋਰ ਅਨੇਕਾਂ ਇਹੋ ਜਿਹੇ ਰਾਜੇ ਹਨ ਖੱਤਰੀ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਨੀਆਂ 'ਤੇ ਸੱਚ ਦਾ ਰਾਜ ਕਰਨਾ ਵੀ ਸਿਖਾਇਆ ਹੈ ਅਤੇ ਨਾਲ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਵੀ ਜੋੜਿਆ ਹੈ। ਜੇ ਵੈਸ਼ ਵਿਅਕਤੀ ਦੀ ਆਪਾਂ ਗੱਲ ਕਰ ਲਈਏ ਤਾਂ ਜਿੰਨੇ ਦੰਡ ਜ਼ਿਮੀਂਦਾਰ ਕਹੇ ਜਾਂਦੇ ਨੇ ਉਹ ਵੈਸ਼ ਦੀ ਸੰਗਿਆ ਦੇ ਵਿੱਚ ਹੀ ਆਉਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ 'ਤੇ ਵੀ ਕਿਰਪਾ ਕੀਤੀ, ਉਹਨਾਂ ਨੂੰ ਵੀ ਬਖਸ਼ਿਆ, ਉਹਨਾਂ ਨੂੰ ਵੀ ਨਿਵਾਜਿਆ ਅਤੇ ਸ਼ੂਦਰ ਕਹਿ ਲਈਏ ਭਾਈ ਲਾਂਗੋ ਜੀ ਵਰਗੇ ਅਤੇ ਹੋਰ ਅਨੇਕਾਂ ਐਸੇ ਗੁਰਸਿੱਖਿਆ ਦੇ ਸ਼ੂਦਰ ਵਰਗ ਦੇ ਵਿੱਚ ਆਉਂਦੇ ਨੇ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸੂਚੀ ਤਿੱਕ ਵੇਖ ਕੇ ਉਹਨਾਂ ਨੂੰ ਵੀ ਵਿਲਿਆਉਂਦੇ ਅਤੇ ਕਿਰਪਾ ਕਰਦੇ ਨੇ। ਚਾਰ ਜੇ ਵਰਨ ਹਿੰਦੂ ਮਤ ਮੁਤਾਬਕ ਕਹੇ ਜਾਂਦੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਅਤੇ ਇੱਕ ਵਰਗ ਇਹਨਾਂ ਚੌਹਾਂ ਨਾਲੋਂ ਵੀ ਨੀਵਾਂ ਗਿਣਿਆ ਹੈ ਜਿਸ ਨੂੰ ਕਿ ਸਨਾਤੀ ਕਿਹਾ ਜਾਂਦਾ ਹੈ।
ਉਸ ਸਨਾਕੀ ਚਾਟੀਆਂ ਦੇ ਵਿੱਚ ਕੋਈ ਚਮਿਆਰ, ਕੋਈ ਜਵਾਹੇ, ਕੋਈ ਵਿਦਿਆਨਕ, ਜਿਹੜੀਆਂ ਨੀਵੀਆਂ ਤੋਂ ਨੀਵੀਆਂ ਜਾਤਾਂ ਬੰਦੀਆਂ ਮਨੁਸਮਰਤੀ ਨੇ ਉਹ ਆ ਜਾਂਦੇ ਨੇ। ਗੁਰੂ ਗਰੀਬ ਨਿਵਾਸ ਜੀ ਨੇ ਉਸ ਵਰਗ ਤੇ ਵੀ ਕਿਰਪਾ ਕੀਤੀ, ਉਹਨਾਂ ਨੂੰ ਵੀ ਨਿਵਾਜਿਆ ਔਰ ਉੱਚੀ ਆਵਾਜ਼ ਵਿੱਚ ਇਹ ਵਚਨ ਉਚਾਰਨ ਕੀਤੇ ਕਿ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ, ਵਾਹਿਗੁਰੂ ਦੀ ਜੋਤ ਤੱਕਣਾ ਕਰੋ, ਜਾਤ ਨਾ ਹੈ ਆਗੈ ਦੇਹ ਜਾਤ ਨਾ ਜਾਏ, ਨਾ ਤਾਂ ਅੱਗੇ ਸਰੀਰ ਜਾਣਾ ਤੇ ਨਾ ਸਰੀਰ ਦੀ ਜਾਤ ਜਾਣੀ ਹੈ, ਉੱਥੇ ਤਾਂ ਜੀਵਾਂ ਦੇ ਕਰਮ ਵੇਖੇ ਜਾਣੇ ਨੇ, ਕਰਮ ਵਾਚੇ ਜਾਣੇ ਨੇ, ਉੱਥੇ ਜਾਵੇਗਾ ਮਦਦ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਦੁਨਿਆਵੀ ਤੌਰ ਤੇ ਸਰੀਰ ਦੀ ਜਾਤੀ ਭਾਵੇਂ ਕੋਈ ਵੀ ਹੋਵੇ, ਕਿਉਂ ਉਹ ਸੰਸਾਰ ਦੇ ਬਿਨਾਂ ਮਿਤਕਰੇ ਦੇ, ਬਿਨਾਂ ਭਿੰਨ ਭੇਡ ਦੇ, ਬਿਨਾਂ ਕਿਸੇ ਵਖਰੇਵੇ ਦੇ ਸਤਿਗੁਰੂ ਸੱਚੇ ਪਾਤਸ਼ਾਹੀ ਨੇ ਮਹਾਨ ਕਿਰਪਾਲਤਾ ਕੀਤੀ ਹੈ। ਤੇ ਹੁਣ ਆਪਾਂ ਇਹ ਵਿਚਾਰੀਏ, ਸਾਡੇ ਸਾਹਮਣੇ ਇਹ ਗੱਲ ਸਾਬਤ ਤੱਕ ਹੈ ਕਿ ਜੋ ਵੀ ਉਪਦੇਸ਼ ਸੰਸਾਰ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਖਸ਼ਿਸ਼ ਕੀਤਾ ਉਹ ਇਉਂ ਸਿੱਧੀਆਂ ਆਮ ਗੱਲਾਂ ਬਾਤਾਂ ਰਾਹੀਂ ਨਹੀਂ, ਵਾਰਤਕ ਵਿੱਚ ਨਹੀਂ, ਬਲਕਿ ਧੁਰੋਂ ਆਈ ਅਗੰਮੀ ਬਾਣੀ ਉਚਾਰਨ ਕਰਕੇ ਕੀਤਾ, ਜਿਸ ਬਾਣੀ ਬਾਰੇ ਆਪ ਜੀ ਨੇ ਆਪ ਆਪਣੀ ਰਸਨਾ ਤੋਂ ਬਚਨ ਉਚਾਰੇ, ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀਓ, ਅਤਿਅੰਤ ਨਿਮਰਤਾ ਵਾਲਾ ਇਹ ਗੁਰੂ ਦਾ ਵਚਨ ਹੈ। ਮੈਂ ਆਪ ਤਾਂ ਕੁਝ ਬੋਲਣਾ ਨਹੀਂ ਜਾਣਦਾ, ਜਿਵੇਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਆਉਂਦਾ ਮੈਂ ਉਹ ਬੋਲ ਕੇ ਕੀਤਾ। ਅਹਿਮਦਾਬਾਦ ਦੀ ਧਰਤੀ ਤੇ ਭਾਈ ਲਾਲੋ ਨੂੰ ਮੁਖਾਤਬ ਹੋ ਕੇ ਸਤਿਗੁਰੂ ਜੀ ਕਹਿੰਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਾ ਕਰੀ ਗਿਆਨ ਵੇ ਲਾਲੋ, ਜਿਵੇਂ ਖਸਮ ਮਾਲਕ ਵਾਹਿਗੁਰੂ ਦੀ ਬਾਣੀ ਤੋਂ ਉਤਰਦੀ ਹੈ, ਐ ਭਾਈ ਲਾਲੋ ਮੈਂ ਉਹ ਗਿਆਨ ਪ੍ਰਗਟ ਕਰਕੇ ਦੁਨੀਆਂ ਦੇ ਵਿੱਚ ਕਹਿ ਰਿਹਾ ਹਾਂ, ਇਉਂ ਧੁਰੋਂ ਆਈ ਅਕਾਲੀ ਅਗੰਮੀ ਬਾਣੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਖਿਆਤ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਰੂਪ ਵਿੱਚ ਇਸ ਸੰਸਾਰ ਵਿੱਚ ਪ੍ਰਗਟ ਕੀਤੀ ਤੇ ਉਸ ਬਾਣੀ ਨੂੰ ਆਪ ਜੀ ਨੇ ਕਾਵਿ ਰੂਪ ਵਿੱਚ ਉਚਾਰਨ ਕੀਤਾ। ਥੋੜ੍ਹੀਆਂ ਜਿਹੀਆਂ ਇਤਿਹਾਸਕ ਮਿਸਾਲਾਂ ਦੇ ਕੇ ਮੈਂ ਅੱਗੇ ਚੱਲਣ ਦਾ ਯਤਨ ਕਰਾਂਗਾ। ਧੰਨ ਗੁਰੂ ਗਰੀਬ ਨਿਵਾਸ ਜੀ ਦੀ ਸਰੀਰਕ ਉਮਰ ਕੋਈ 5-6 ਸਾਲ ਦੀ ਹੁੰਦੀ ਹੈ ਤੇ ਆਪ ਜੀ ਦੇ ਪਿਤਾ ਸਤਿਕਾਰਯੋਗ ਬਾਬਾ ਕਲਿਆਣ ਚੰਦ ਜੀ ਕਲਿਆਣ ਦਾਸ ਜੀ ਵੀ ਕਿਹਾ ਜਾਂਦਾ ਹੈ, ਛੋਟਾ ਨਾਮ ਕਾਲੂ ਜੀ ਕਹਿ ਕੇ ਪੁਕਾਰਿਆ ਜਾਂਦਾ ਹੈ ਤੇ ਮਹਿਤਾ ਅੱਖਰ ਜਿਹੜਾ ਹੈ ਇਹ ਵਡਿਆਈ ਦੇ ਵਜੋਂ ਲੱਗਦਾ ਹੈ ਕਿਉਂਕਿ ਵੱਡੇ ਹੋਗੇ ਦੇ ਮਾਲਕ ਸਨ। ਜਿਹੜਾ ਕੋਈ ਵੱਡਾ ਅਫਸਰ ਹੋਵੇ ਉਸ ਨੂੰ ਮਹਿਤਾ ਜੀ ਕਹਿ ਕੇ ਪੁਕਾਰਿਆ ਜਾਂਦਾ ਸੀ, ਇਹ ਮਹਿਤਾ ਨਾਮ ਵਡਿਆਈ ਵਜੋਂ ਆਪ ਜੀ ਦੇ ਨਾਮ ਨਾਲ ਲੱਗਦਾ ਹੈ, ਬਾਬਾ ਮਹਿਤਾ ਕਾਲੂ ਜੀ ਕਲਿਆਣ ਚੰਦ ਪੂਰਨ ਨਾਮ ਹੈ। ਉਹ ਪਿਤਾ ਜੀ ਆਪਣੇ ਮਨ ਵਿੱਚ ਇਹ ਵਿਚਾਰ ਕਰਦੇ ਨੇ ਕਿ ਬਹੁ ਗੁਣੀ ਅਲਾਪ ਹੈ ਸੋ ਨਾ ਪ੍ਰਭਾਵ ਹੈ ਸੋ ਸਤਿਗੁਰੂ ਸੰਤਾਤ ਸੋਭਾ ਮਹਿ ਪਾਵੈ ਮਨ ਚਹਿ ਆਵੈ ਜਗ ਮੈਂ ਇਹ ਲਖਿਆਤ, ਭਾਵ ਦੇ ਗੁਣੀ ਪੁਰਸ਼ਾਂ ਦਾ ਇਹ ਕਥ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਵਿਦਿਆ ਨਹੀਂ ਪੜ੍ਹਾਉਂਦੇ ਉਹ ਉਹਨਾਂ ਦੇ ਦੁਸ਼ਮਣਾਂ ਦੀ ਕਰਾਂਗੇ। ਵਿਦਿਆ ਤੋਂ ਬਿਨਾਂ ਸੰਸਾਰ ਤੋਂ ਮਾਤ ਨਹੀਂ ਹੁੰਦੀ, ਵਿਦਿਆ ਤੋਂ ਬਿਨਾਂ ਸੰਸਾਰ ਵਿੱਚ ਮਨੁੱਖ ਸੋਭਾ ਨਹੀਂ। ਇਹ ਗੱਲ ਜਗਤ ਵਿੱਚ ਪ੍ਰਸਿੱਧ ਹੈ, ਪ੍ਰਗਟ ਹੈ। ਹੁਣ ਆਪਣੇ ਸਪੁੱਤ
ਕੋਈ ਸਕੂਲ ਕਾਲਜ ਯੂਨੀਵਰਸਿਟੀਆਂ ਨਹੀਂ ਸੀ ਹੋਇਆ ਕਰਦੀਆਂ, ਬਲਕਿ ਵਿਦਿਆਲੇ ਚੱਲਿਆ ਕਰਦੇ ਸਨ, ਗੁਰੂ ਕੁਲ ਦੀ ਰੀਤ ਹੋਇਆ ਕਰਦੀ ਸੀ। ਜਿਹੜੇ ਕੋਈ ਸੰਸਕ੍ਰਿਤ ਅੱਖਰ, ਕਿਉਂਕਿ ਉਸ ਵੇਲੇ ਮੁੱਖ ਤੌਰ 'ਤੇ ਦੇਵ ਭਾਸ਼ਾ ਮੰਨੀ ਜਾਂਦੀ ਸੀ, ਜਿਨ੍ਹਾਂ ਨੇ ਉਹ ਵਿੱਦਿਆ ਪੜ੍ਹਨੀ ਹੋਵੇ, ਆਪਣੇ ਧਰਮ ਮੁਤਾਬਕ ਵੇਦ ਸ਼ਾਸਤਰ ਅਗਾਂਹ ਪੜ੍ਹਨੇ ਹੋਣ, ਉਹਨਾਂ ਨੂੰ ਮੰਦਰਾਂ ਦੇ ਵਿੱਚ ਜਾਂ ਆਪਣੇ ਟਿਕਾਣਿਆਂ 'ਤੇ ਪੰਡਿਤ ਲੋਕ ਵਿੱਦਿਆ ਪੜ੍ਹਾਇਆ ਕਰਦੇ ਸਨ। ਜਿਨ੍ਹਾਂ ਨੇ ਫਾਰਸੀ ਦੀ ਵਿੱਦਿਆ ਲੈਣੀ ਹੈ, ਅਰਬੀ ਸਿੱਖਣੀ ਹੈ, ਅਤੇ ਆਪਣੇ ਧਰਮ ਮੁਤਾਬਕ ਜਿਨ੍ਹਾਂ ਨੇ ਕੁਰਾਨ ਸ਼ਰੀਫ ਇਤਿਹਾਸਕ ਗ੍ਰੰਥਾਂ ਦਾ ਅਧਿਐਨ ਕਰਨਾ ਹੈ, ਉਹਨਾਂ ਨੂੰ ਮੁਸਲਮਾਨ ਮੌਲਵੀ, ਜਿਨ੍ਹਾਂ ਨੂੰ ਮੁੱਲਾਂ ਕਿਹਾ ਜਾਂਦਾ ਹੈ, ਉਹ ਪੜ੍ਹਾਇਆ ਕਰਦੇ ਸਨ। ਜਿਹੜੇ ਪੰਡਿਤਾਂ ਅਤੇ ਪਾਂਧਿਆਂ ਦੇ ਇਉਂ ਪੜ੍ਹਾਉਣ ਵਾਲੇ ਅਸਥਾਨ ਸਨ, ਉਹਨਾਂ ਨੂੰ ਆਮ ਤੌਰ 'ਤੇ ਵਿਦਿਆਲੇ ਕਿਹਾ ਜਾਂਦਾ ਸੀ, ਅਤੇ ਜਿਹੜੇ ਮੁੱਲਾਂ ਵਾਲੇ, ਮੁੱਲਾਂ ਦੀ, ਮੁਸਲਮਾਨਾਂ ਦੀ ਪੜ੍ਹਾਉਣ ਦੀ ਜਗ੍ਹਾ ਹੈ, ਉਸ ਨੂੰ ਮਕਤਬ ਅਥਵਾ ਮਦਰੱਸਾ ਕਿਹਾ ਜਾਂਦਾ ਸੀ। ਹੁਣ ਕਿਉਂਕਿ ਖੱਤਰੀ ਕੁਲ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਬੇਦੀਆਂ ਦੀ ਕੁਲ ਵਿੱਚ, ਅਤੇ ਪਿਤਾ ਜੀ ਚਾਹੁੰਦੇ ਨੇ ਕਿ ਪੁੱਤਰ ਵਿੱਦਿਆ ਪੜ੍ਹੇ, ਵਿੱਦਿਆ ਪੜ੍ਹਾਉਣ ਦੇ ਖਿਆਲ ਦੇ ਨਾਲ ਉਹ ਆਪਣੇ ਨਗਰ ਦੇ ਇੱਕ ਬੇਅੰਤ ਵਿਦਵਾਨ ਅਤੇ ਮਸ਼ਹੂਰ ਪੜ੍ਹਾਉਣ ਵਾਲੇ ਪਾਂਧੇ ਗੋਪਾਲ ਦਾਸ ਕੋਲ ਆਪ ਜੀ ਨੂੰ ਲੈ ਕੇ ਗਏ ਸੀ। ਇਹ ਇਤਿਹਾਸ ਸੰਗਤਾਂ ਜਾਣਦੀਆਂ ਨੇ। ਗੋਪਾਲ ਦਾਸ ਨੂੰ ਬਾਬਾ ਕਲਿਆਣ ਚੰਦ ਜੀ ਨੇ ਜਾ ਕੇ ਕਿਹਾ ਸੀ, ਮੇਰੇ ਪੁੱਤਰ ਨੂੰ ਪ੍ਰੇਮ ਨਾਲ ਵਿੱਦਿਆ ਪੜ੍ਹਾਉਣੀ, ਧਨ ਦੌਲਤ ਇਸ ਦੇ ਇਵਜ ਵਜੋਂ ਮੈਂ ਤੁਹਾਨੂੰ ਵਾਧੂ ਦੇਵਾਂਗਾ। ਸਤਿਕਾਰ ਕੀਤਾ ਵੱਡੇ ਪੁਰਖ ਜਾਣ ਕੇ ਬਾਬਾ ਮਹਿਤਾ ਕਾਲੂ ਜੀ ਦਾ, ਗੋਪਾਲ ਦਾਸ ਪਾਂਧੇ ਨੇ, ਅਤੇ ਬਾਲਕਾਂ ਦੀ ਜਮਾਤ ਵਿੱਚ, ਕਲਾਸ ਵਿੱਚ ਸਤਿਗੁਰੂ ਜੀ ਨੂੰ ਬਿਠਾਇਆ ਗਿਆ। ਪਿਤਾ ਜੀ ਦੀ ਸ਼ਖਸੀਅਤ ਦਾ ਸਤਿਕਾਰ ਕਰਦਿਆਂ ਅਤੇ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਪਹਿਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਮ ਬਾਲਕਾਂ ਦੀ ਤਰ੍ਹਾਂ ਵਿਵਹਾਰ ਕੀਤਾ। ਜਿਵੇਂ ਬਾਕੀ ਬਾਲਕ ਜਮਾਤ ਦੇ ਵਿੱਚ, ਕਲਾਸ ਦੇ ਵਿੱਚ ਵਿੱਦਿਆ ਪੜ੍ਹਦੇ ਨੇ, ਅੱਗੇ ਅੱਗੇ ਬੋਲ ਕੇ ਪਾਂਧਾ ਜਿਹੜਾ ਉਹ ਅੱਖਰ ਪੜ੍ਹਾਉਂਦਾ, ਅਤੇ ਪਿੱਛੇ ਪਿੱਛੇ ਬੋਲ ਕੇ ਬਾਲਕ ਰੱਟਦੇ ਨੇ, ਸਤਿਗੁਰੂ ਮਹਾਰਾਜ ਜੀ ਵੀ ਇਵੇਂ ਹੀ ਕਰਦੇ ਰਹੇ। ਔਰ ਜਦੋਂ ਪਾਂਧਾ ਸਬਕ ਸੁਣਦਾ ਬਾਲਕਾਂ ਦੇ ਕੋਲੋਂ, ਤਾਂ ਉਸੇ ਵਕਤ ਸਭ ਤੋਂ ਪਹਿਲਾਂ ਉੱਠ ਕੇ ਸਬਕ ਸੁਣਾ ਵੀ ਦਿੰਦੇ ਨੇ, ਦਿਨ ਅਜੇ ਪਹਿਲਾਂ ਹੀ ਹੈ। ਬੜਾ ਹੈਰਾਨ ਹੁੰਦਾ ਹੈ ਗੋਪਾਲ ਦਾਸ ਪਾਂਧਾ ਕਿ ਮਹਿਤਾ ਕਾਲੂ ਜੀ ਦੇ ਬਾਲਕ ਦੀ ਬੁੱਧ ਬੜੀ ਤੇਜ਼ ਹੈ, ਬੜਾ ਮਹੀਨ ਦਿਮਾਗ ਹੈ, ਬੜੀ ਛੇਤੀ ਅੱਖਰਾਂ ਦੀ ਪਕੜ ਕਰ ਰਿਹਾ ਹੈ, ਇਹ ਤਾਂ ਜਲਦੀ ਹੀ ਵਿੱਦਿਆ ਪੜ੍ਹ ਜਾਵੇਗਾ, ਲੱਛਣ ਚੰਗੇ ਜਾਪਦੇ ਨੇ, ਚੰਗਾ ਵਿਦਵਾਨ ਬਣੇਗਾ। ਬੜਾ ਖੁਸ਼ ਹੈ ਪਾਂਧਾ ਵੀ। ਦਿਨ ਬੀਤਿਆ, ਛੁੱਟੀ ਹੋਈ, ਸਤਿਗੁਰੂ ਘਰ ਆਉਂਦੇ ਨੇ। ਅਗਲਾ ਦਿਨ ਆਉਂਦਾ, ਪਿਤਾ ਜੀ ਫਿਰ ਆਪਣੇ ਬਾਲਕ ਨੂੰ ਪਾਠਸ਼ਾਲਾ ਵਿੱਚ ਪੜ੍ਹਾਉਣ ਵਾਸਤੇ ਬਿਠਾਉਣ ਜਾਂਦੇ ਨੇ। ਪਾਠਸ਼ਾਲਾ ਕਿਹਾ ਜਾਂਦਾ ਸੀ ਪੜ੍ਹਨ ਵਾਲੀ ਜਗ੍ਹਾ ਨੂੰ। ਰੋਜ਼ ਦੀ ਤਰ੍ਹਾਂ ਪਾਂਧਾ ਅੱਗੇ ਅੱਗੇ ਅੱਖਰ ਬੋਲਦਾ, ਬਾਲਕ ਪਿੱਛੇ ਪਿੱਛੇ ਬੋਲਦੇ ਨੇ, ਪਰ ਅੱਜ ਹੁਣ ਸਤਿਗੁਰੂ ਜੀ ਨਹੀਂ ਬੋਲ ਰਹੇ, ਅੱਜ ਚੁੱਪ ਨੇ। ਵਾਰ ਵਾਰ ਪਾਂਧਾ ਬੁਲਾਉਣ ਦਾ ਯਤਨ ਕਰਦਾ, ਪਰ ਸਤਿਗੁਰੂ ਜੀ ਬੋਲਦੇ ਹੀ ਨਹੀਂ। ਹੈਰਾਨ ਹੋਇਆ ਪਾਂਧਾ ਕਿ ਕੱਲ੍ਹ ਤਾਂ ਇਹ ਬਾਲਕ ਬੜੀ ਤੀਖਣ ਬੁੱਧੀ ਨਾਲ ਵਿੱਦਿਆ ਪੜ੍ਹ ਰਿਹਾ ਸੀ, ਅੱਜ ਕਿਉਂ ਨਹੀਂ ਪੜ੍ਹਦਾ? ਪੁੱਛ ਹੀ ਲਿਆ ਕਿ ਕੀ ਗੱਲ ਹੈ ਨਾਨਕ ਜੀ, ਕੱਲ੍ਹ ਵਾਂਗੂ ਅੱਜ ਕਿਉਂ ਨਹੀਂ ਪੜ੍ਹਦੇ? ਤਾਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪਣੀ ਉਸ ਛੋਟੀ ਜਿਹੀ ਸਰੀਰਕ ਅਵਸਥਾ ਵਿੱਚ ਵਿਦਵਾਨ ਪਾਂਧੇ ਅੱਗੇ ਸਵਾਲ ਰੱਖ ਦਿੱਤਾ ਸੀ, ਪਾਂਧਾ ਜੀ ਤੁਸੀਂ ਕਿਹੜੀ ਵਿੱਦਿਆ ਪੜ੍ਹੇ ਹੋ, ਤੁਸੀਂ ਕੀ ਜਾਣਦੇ ਹੋ ਜੋ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ? ਹੈਰਾਨ ਹੋਇਆ ਪਾਂਧਾ ਇਹ ਸਵਾਲ ਸੁਣ ਕੇ
ਤੇ ਜਿਹੜੀ ਉਸ ਸਮੇਂ ਦੀ ਪ੍ਰਚਲਿਤ ਵਿੱਦਿਆ ਸੀ ਤਕਰੀਬਨ ਸਾਰੀ ਗਿਣ ਦਿੱਤੀ ਪਾਂਧੇ ਨੇ। ਮੈਂ ਇਹ ਵਿੱਦਿਆ ਜਾਣਦਾ, ਇਉਂ ਜਾਣਦਾ, ਉਹ ਜਾਣਦਾ ਹਾਂ ਤੇ ਤੁਹਾਨੂੰ ਸਭ ਕੁਝ ਹੀ ਪੜਾਵਾਂਗਾ। ਤੇ ਹੁਣ ਦੂਸਰਾ ਸਵਾਲ ਸੀ ਸਤਿਗੁਰੂ ਜੀ ਦਾ ਕਿ ਇਹਦੇ ਪੜਨ ਦਾ ਫਾਇਦਾ ਕੀ ਹੁੰਦਾ, ਇਹਦੇ ਤੋਂ ਲਾਭ ਕੀ ਮਿਲਦਾ। ਕਿਸੇ ਨੇ ਅੱਜ ਤੱਕ ਇਹ ਸਵਾਲ ਨਹੀਂ ਸੀ ਕੀਤਾ। ਹੈਰਾਨ ਹੈ ਪਾਂਧਾ, ਪਰ ਜਵਾਬ ਦਿੰਦਾ ਕਿ ਵਿੱਦਿਆ ਪੜਨ ਦੇ ਨਾਲ ਦੁਨੀਆਂ ਵਿੱਚ ਮਾਣ ਸਤਿਕਾਰ ਮਿਲਦਾ, ਉੱਚ ਮਰਾਤਬਾ ਮਿਲਦਾ ਹੈ। ਤੁਸੀਂ ਵਿੱਦਿਆ ਪੜ੍ਹ ਲਵੋਗੇ, ਪੜ੍ਹ ਕੇ ਵਿਦਵਾਨ ਬਣੋਗੇ, ਦੁਨੀਆਂ ਸਤਿਕਾਰ ਕਰੇਗੀ। ਤੁਹਾਡੇ ਪਿਤਾ ਜੀ ਪਹਿਲਾਂ ਹੀ ਸਰਕਾਰੀ ਅਹੁਦੇ 'ਤੇ ਅਫਸਰ ਨੇ, ਅਤੇ ਤੁਸੀਂ ਵਿੱਦਿਆ ਨੂੰ ਪੜ੍ਹ ਲਵੋ ਤਾਂ ਆਪਣੇ ਅਸਰ ਰਸੂਖ ਨਾਲ ਆਪਣੇ ਤੋਂ ਵੀ ਵੱਡੇ ਅਹੁਦੇ 'ਤੇ ਤੁਹਾਨੂੰ ਉਹ ਲਵਾ ਦੇਣਗੇ। ਬੜੀ ਮਾਇਆ ਕਮਾਓਗੇ, ਬੜਾ ਜਸ ਖੱਟੋਗੇ, ਬਹੁਤ ਵਧੀਆ ਪਰਿਵਾਰ ਦਾ ਰੁਜ਼ਗਾਰ ਚੱਲੇਗਾ। ਮਹਾਰਾਜ ਕਹਿਣ ਲੱਗੇ ਕਿ ਮਾਇਆ ਦੀ ਪ੍ਰਾਪਤੀ ਅਤੇ ਦੁਨੀਆਂ ਦੀ ਸੋਭਾ ਤੋਂ ਬਿਨਾਂ ਕੋਈ ਹੋਰ ਫਾਇਦਾ ਇਸ ਵਿੱਦਿਆ ਦਾ? ਪਾਂਧੇ ਨੇ ਸਿਰ ਫੇਰ ਦਿੱਤਾ ਕਿ ਨਹੀਂ, ਵਿੱਦਿਆ ਇਸੇ ਵਾਸਤੇ ਪੜ੍ਹੀ ਜਾਂਦੀ ਹੈ ਕਿ ਦੁਨੀਆਂ 'ਤੇ ਮਾਣ ਸਤਿਕਾਰ ਮਿਲੇ ਅਤੇ ਵਧੀਆ ਉਪਜੀਵਿਕਾ ਹਾਸਲ ਹੋਵੇ। ਤਾਂ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਸੀ, ਪਾਂਧਾ ਜੀ ਜਿਹੜਾ ਫਾਇਦਾ ਵਿੱਦਿਆ ਦਾ ਤੁਸੀਂ ਦੱਸ ਰਹੇ ਹੋ, ਇਹ ਤਾਂ ਜਗਤ ਦੇ ਜੰਜਾਲਾਂ ਵਿੱਚ ਫਸਾਉਣ ਵਾਲਾ ਹੈ। ਮਨੁੱਖ ਤਾਂ ਪਹਿਲਾਂ ਹੀ ਆਪਣੀਆਂ ਮਾਂ ਵਡਿਆਈਆਂ ਦੇ ਚੱਕਰ ਵਿੱਚ ਫਸਿਆ ਪਿਆ ਹੈ, ਮਨੁੱਖ ਪਹਿਲਾਂ ਹੀ ਮੋਹ ਮਾਇਆ ਦੇ ਵਿੱਚ ਗਲਤਾਨ ਹੈ, ਅਤੇ ਤੁਸੀਂ ਜੋ ਵਿੱਦਿਆ ਦੇ ਲਾਭ ਦੱਸ ਰਹੇ ਹੋ ਉਹ ਤਾਂ ਸਗੋਂ ਇਸ ਪਾਸੇ ਲਿਜਾ ਰਹੇ ਨੇ। ਵਿੱਦਿਆ ਤਾਂ ਉਹ ਚਾਹੀਦੀ ਹੈ ਜਿਹੜੀ ਜਗਤ ਦੇ ਇਹਨਾਂ ਜੰਜਾਲਾਂ ਤੋਂ ਛੁਡਾ ਲਵੇ, ਇਹਨਾਂ ਤੋਂ ਉੱਪਰ ਲੈ ਜਾਵੇ। ਸਤਿਗੁਰੂ ਮਹਾਰਾਜ ਨੇ ਬਚਨ ਕੀਤੇ ਸੀ, ਇਨ ਬਿਦ ਚਿੱਤ ਬਾਧਾ ਸੁਨ ਸੁਰਤ ਪਾਧਾ ਫਾਹੇ ਪੜਹਿ ਅਪਾਰ। ਇਹ ਤਾਂ ਚਿੱਤ ਸਗੋਂ ਬੰਨਿਆ ਗਿਆ ਦੁਨੀਆਂ ਦੀਆਂ ਮਾਣ ਵਡਿਆਈਆਂ ਵਿੱਚ, ਝੂਠੀਆਂ ਮਾਣ ਵਡਿਆਈਆਂ ਵਿੱਚ, ਦੁਨੀਆਂ ਦੇ ਬੰਧਨਾਂ ਵਿੱਚ, ਜੰਜਾਲਾਂ ਵਿੱਚ, ਮੋਹ ਮਾਇਆ ਦੇ ਵਿੱਚ ਚਿੱਤ ਤਾਂ ਬੰਨਿਆ ਗਿਆ ਸਗੋਂ ਵਿੱਦਿਆ ਦੇ ਨਾਲ ਬਹੁਤਾ। ਵਿੱਦਿਆ ਤਾਂ ਉਹ ਚਾਹੀਦੀ ਹੈ ਜਿਹੜੀ ਇਹਨਾਂ ਜੰਜਾਲਾਂ ਤੋਂ ਛੁਡਾ ਲਵੇ ਔਰ ਇਹਨਾਂ ਤੋਂ ਉੱਪਰ ਚੁੱਕ ਦੇਵੇ। ਅਤੇ ਹੁਣ ਪਾਂਧਾ ਕਹਿਣ ਲੱਗਾ, ਜੀ ਮੈਨੂੰ ਨਹੀਂ ਪਤਾ ਉਹ ਵਿੱਦਿਆ ਕਿਹੜੀ ਹੈ। ਤਾਂ ਮਹਾਰਾਜ ਨੇ ਬਚਨ ਉਚਾਰਨ ਕੀਤਾ, ਛੁੱਟਿਓ ਜੇ ਚਾਹੈ ਲੇਖਾ ਇਹ ਗਾਹ ਹੈ ਜੋ ਮੈਂ ਕਰਾਂ ਉਚਾਰ। ਜੇ ਜਗਤ ਦੇ ਬੰਧਨਾਂ ਤੋਂ, ਜੰਜਾਲਾਂ ਤੋਂ, ਮੋਹ ਮਾਇਆ ਤੋਂ ਛੁੱਟਣਾ ਚਾਹੁੰਦੇ ਹੋ ਤਾਂ ਭਾਈ ਇਸ ਵਿੱਦਿਆ ਦੀ ਵਿਚਾਰ ਕਰੋ, ਇਹ ਲੇਖਾ ਵਿਚਾਰੋ ਜੋ ਮੈਂ ਉਚਾਰਨ ਕਰਕੇ ਦੱਸਦਾ। ਅੰਮ੍ਰਿਤ ਰੂਪ ਗੁਰਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਸਤਿਗੁਰੂ ਗਰੀਬ ਨਿਵਾਸ ਜੀ ਨੇ ਉਦੋਂ ਉਚਾਰਨ ਕੀਤਾ, ਕੁੱਲ ਬਾਣੀ ਦਾ ਪਹਿਲਾ ਸ਼ਬਦ ਜੋ ਸ੍ਰੀ ਰਾਗ ਵਿੱਚ ਸੁਭਾਏ ਮਾਨ ਹੈ। ਜਾਲ ਮੋਹ ਘਾਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲੇਖਾਰੀ ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਪਾਂਧਾ ਜੀ ਜਿਵੇਂ ਕਾਗਜ਼ ਲਿਆ ਜਾਂਦਾ, ਕਲਮ ਲਈ ਜਾਂਦੀ ਹੈ, ਸਿਆਹੀ ਲਈ ਜਾਂਦੀ ਹੈ, ਸਿਆਹੀ ਨਾਲ ਕਲਮ ਨੂੰ ਭਿਉਂ ਕੇ ਕਾਗਜ਼ ਦੀ ਹਿੱਕ ਦੇ ਉੱਪਰ ਅੱਖਰ ਝਰੀਟੇ ਜਾਂਦੇ ਨੇ, ਲਿਖੇ ਜਾਂਦੇ ਨੇ, ਉਹ ਕੋਈ ਨਾ ਕੋਈ ਲਿਖਤ ਬਣਦੀ ਹੈ। ਇਸੇ ਤਰ੍ਹਾਂ ਤੁਹਾਨੂੰ ਮੈਂ ਸਮਝਾਉਂਦਾ ਕਿ ਕਿਹੜੀ ਸਮੱਗਰੀ ਲੈਣੀ ਹੈ ਅਤੇ ਕਿਹੜੀ ਲਿਖਤ ਲਿਖਣੀ ਹੈ। ਕਿਉਂਕਿ ਪੁਰਾਣੇ ਸਮੇਂ ਵਿੱਚ ਦੀਵਾ ਬਾਲ ਕੇ ਖਾਸ ਤੌਰ 'ਤੇ ਤਿਲਾਂ ਦੇ ਤੇਲ ਦਾ ਉਹਦੀ ਕਾਲਖ ਉੱਪਰ ਇਕੱਠੀ ਕੀਤੀ ਜਾਂਦੀ ਸੀ ਅਤੇ ਉਸ ਕਾਲਖ ਨੂੰ ਘਸਾ ਕੇ ਕੁਝ ਹੋਰ ਵਸਤੂਆਂ ਵਿੱਚ ਪਾ ਕੇ ਸਿਆਹੀ ਬਣਾਈ ਜਾਂਦੀ ਸੀ। ਮਹਾਰਾਜ ਕਹਿੰਦੇ ਜਾਲ ਮੋਹ, ਭਾਈ ਜਿਹੜਾ ਮਨ ਵਿੱਚ ਮੋਹ ਪਿਆ ਹੈ ਆਪਣੇ ਸਰੀਰ ਦਾ, ਸਕੇ ਸੰਬੰਧੀਆਂ ਦਾ, ਪਦਾਰਥਾਂ ਦਾ ਔਰ ਇਸੇ ਪ੍ਰਕਾਰ ਮਾਇਆ ਇਤਿਆਦਿਕ ਦਾ, ਇਹ ਮੋਹ ਨੂੰ ਸਾੜਨ ਰੂਪ ਸਿਆਹੀ ਬਣਾਉਣਾ ਕਰੋ।
ਵਾਸ਼ਨਾਵਾਂ ਜਿਹੜੀਆਂ ਨੇ ਇਹਨਾਂ ਨੂੰ ਘਸਾਉਣਾ, ਇਹਨਾਂ ਨੂੰ ਮਨ ਵਿੱਚੋਂ ਮਾਰਨਾ, ਇਉਂ ਮੋਹ ਨੂੰ ਸਾੜ ਕੇ ਸਿਆਹੀ ਬਣਾ ਲਵੋ। ਮਤ ਕਾਗਦ ਕਰ ਸਾਰ, ਸ੍ਰੇਸ਼ਟ ਮਤ ਰੂਪੀ ਕਾਗਜ਼ ਲੈ ਲਵੋ। ਸ੍ਰੇਸ਼ਟ ਮਤ, ਚੰਗੀ ਉੱਜਲ ਬੁੱਧ, ਇਹ ਕਾਗਜ਼ ਲੈ ਲਵੋ। ਭਾਉ ਕਲਮ ਕਰ, ਪਰਮਾਤਮਾ ਦਾ ਪ੍ਰੇਮ ਜਿਹੜਾ ਹੈ ਇਹਨੂੰ ਬਣਾ ਲਵੋ ਕਲਮ। ਚਿੱਤ ਲਿਖਾਰੀ, ਆਪਣੇ ਚਿੱਤ ਨੂੰ ਲਿਖਣ ਵਾਲਾ ਲਿਖਾਰੀ ਬਣਾਓ ਅਤੇ ਇਹ ਸਮੱਗਰੀ ਲੈ ਕੇ ਗੁਰ ਪੁੱਛ ਲਿਖ ਵਿਚਾਰ। ਅਧਿਆਤਮਿਕ ਗੁਰੂ ਤੋਂ ਪੁੱਛ ਕੇ ਭਾਈ ਸੁਚੱਜੀ ਵਿਚਾਰ ਆਪਣੀ ਮਤ ਰੂਪੀ ਕਾਗਜ਼ 'ਤੇ ਲਿਖੋ। ਕੀ ਲਿਖਿਆ ਜਾਵੇ? ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਪਰਮਾਤਮਾ ਦੀ ਸਿਫਤ ਸਲਾਹ ਲਿਖੋ, ਪਰਮਾਤਮਾ ਦਾ ਨਾਮ ਲਿਖੋ ਆਪਣੇ ਮਤ ਰੂਪੀ ਕਾਗਜ਼ 'ਤੇ ਪ੍ਰੇਮ ਰੂਪੀ ਕਲਮ ਨਾਲ। ਲਿਖਣਾ ਕਰੋ ਉਸ ਵਾਹਿਗੁਰੂ ਦੀ ਸਿਫਤ ਸਲਾਹ ਜਿਸ ਦਾ ਕੋਈ ਅੰਤ ਪਾਰਾ ਵਾਰ ਨਹੀਂ। ਇਹਦਾ ਫਾਇਦਾ ਕੀ ਹੋਵੇਗਾ ਜੀ? ਮਹਾਰਾਜ ਕਹਿੰਦੇ ਬਾਬਾ ਇਹੋ ਲੇਖਾ ਲਿਖ ਜਾਣ। ਐ ਬਾਬਾ ਐ ਪਾਂਧਾ ਜੀ, ਜੇ ਇਹ ਲਿਖਤ ਲਿਖਣੀ ਤੁਸੀਂ ਜਾਣ ਲਵੋ, ਐਸੀ ਲਿਖਤ ਲਿਖਣ ਦੀ ਜਾਚ ਜੇਕਰ ਆ ਜਾਵੇ ਤਾਂ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਪਰਮਾਤਮਾ ਦੀ ਦਰਗਾਹ ਵਿੱਚ, ਧਰਮਰਾਜ ਦੀ ਕਚਹਿਰੀ ਵਿੱਚ, ਜਿੱਥੇ ਜੀਵਾਂ ਦੇ ਕੋਲੋਂ ਜੀਵਨ ਵਿੱਚ ਕਮਾਏ ਚੰਗੇ ਮੰਦੇ ਧਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ ਨਾ, ਉੱਥੇ ਇਹ ਮਤ ਰੂਪੀ ਕਾਗਜ਼ 'ਤੇ ਲਿਖੀ ਪਰਮਾਤਮਾ ਦੇ ਨਾਮ ਦੀ ਲਿਖਤ ਛੁੱਟਣ ਦਾ ਸੱਚਾ ਪ੍ਰਵਾਨਾ ਹੋਵੇਗੀ। ਇਹ ਲਿਖਤ ਦਿਖਾ ਕੇ ਛੁੱਟ ਜਾਵੋਗੇ, ਭਾਵ ਕਿ ਜਮਾਂ ਤੋਂ ਛੁਟਕਾਰਾ ਹੋਵੇਗਾ, ਆਉਣ ਜਾਣ ਦੇ ਚੱਕਰ ਮੁੱਕ ਜਾਣਗੇ। ਇਉਂ ਪਾਂਧੇ ਨੂੰ ਆਤਮਿਕ ਵਿੱਦਿਆ ਦਾ ਗਿਆਨ ਦੇ ਕੇ ਸਤਿਗੁਰੂ ਜੀ ਨੇ ਨਿਹਾਲ ਕੀਤਾ। ਉਸ ਦਿਨ ਸੱਸਾ ਅੱਖਰ ਬਾਲਕਾਂ ਨੂੰ ਫੱਟੀ ਉੱਪਰ ਪਾਂਧਾ ਲਿਖਾ ਰਿਹਾ ਸੀ। ਸੋ ਲੱਕੜ ਦੀਆਂ ਫੱਟੀਆਂ ਵਰਤੀਆਂ ਜਾਂਦੀਆਂ ਸਨ, ਆਪਾਂ ਆਪਣੇ ਬਚਪਨ ਵਿੱਚ ਵੀ ਵਰਤੀਆਂ ਨੇ, ਹੁਣ ਤਾਂ ਰਿਵਾਜ਼ ਖਤਮ ਹੋ ਗਿਆ ਹੈ। ਲੱਕੜ ਦੀ ਫੱਟੀ ਉੱਪਰ ਪਾਂਧਾ ਉਸ ਵੇਲੇ ਬਾਲਕਾਂ ਨੂੰ ਸੱਸਾ ਅੱਖਰ ਲਿਖਾ ਰਿਹਾ ਸੀ। ਮਹਾਰਾਜ ਨੇ ਇਸ ਸ਼ਬਦ ਦੇ ਨਾਲ ਨਾਲ ਆਸਾ ਰਾਗ ਵਿੱਚ ਉਸ ਸੱਸੇ ਅੱਖਰ ਤੋਂ ਆਰੰਭ ਕਰਕੇ ਇੱਕ ਪੂਰੀ ਬਾਣੀ ਜਿਹੜੀ ਸੀ, ਸਾਰੇ ਅੱਖਰਾਂ ਨੂੰ ਮੁੱਖ ਰੱਖਦਿਆਂ ਉਹ ਉਚਾਰਨ ਕਰ ਦਿੱਤੀ। ਅੱਖਰਾਂ ਦਾ ਸਿਧਾਂਤ ਗੁਰੂ ਗਰੀਬ ਨਿਵਾਸ ਜੀ ਨੇ ਬਾਣੀ ਵਿੱਚ ਸਮਝਾ ਦਿੱਤਾ, ਜਿਸ ਦਾ ਨਾਮ ਹੀ ਪੱਟੀ ਹੈ। ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ। ਸੱਸੈ ਸੋਏ ਸ੍ਰਿਸ਼ਟ ਜਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਸੱਸਾ ਅੱਖਰ ਇਹ ਸਮਝਾ ਰਿਹਾ ਹੈ ਕਿ ਸੋਏ ਉਹ ਪਰਮਾਤਮਾ, ਸ੍ਰਿਸ਼ਟ ਜਨ ਸਾਜੀ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੋਇਆ, ਸਭਨਾ ਸਾਹਿਬ ਏਕ ਭਇਆ, ਉਹੀ ਸਾਰਿਆਂ ਦਾ ਮਾਲਕ ਹੈ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ। ਸੇਵਤ ਰਹੇ ਚਿੱਤ ਜਿਨਕਾ ਲਾਗਾ, ਜਿਨ੍ਹਾਂ ਦਾ ਚਿੱਤ ਉਸ ਪਰਮਾਤਮਾ ਨਾਲ ਜੁੜ ਗਿਆ, ਜੋ ਉਹਦੀ ਸੇਵਾ ਉਹਦਾ ਸਿਮਰਨ ਕਰਦੇ ਨੇ, ਆਇਆ ਤਿਨਕਾ ਸਫਲ ਭਇਆ, ਉਹਨਾਂ ਦਾ ਆਉਣਾ ਦੁਨੀਆਂ 'ਤੇ ਸਫਲ ਹੁੰਦਾ। ਇਹ ਸੰਪੂਰਨ ਬਾਣੀ ਸਤਿਗੁਰੂ ਗਰੀਬ ਨਿਵਾਜ ਨੇ ਉਚਾਰੀ, ਪਾਂਧਾ ਨਿਹਾਲ ਨਿਹਾਲ ਹੋਇਆ, ਮੱਥਾ ਟੇਕਿਆ ਔਰ ਇਉਂ ਸਤਿਗੁਰੂ ਗਰੀਬ ਨਿਵਾਜ ਜੀ ਦੀਆਂ ਖੁਸ਼ੀਆਂ ਲੈ ਕੇ ਗੁਰੂ ਨੂੰ ਵਿਦਾ ਕੀਤਾ। ਅਗਲਾ ਤੀਸਰਾ ਦਿਨ ਹੋਇਆ ਹੈ, ਅੱਜ ਪਿਤਾ ਜੀ ਫਿਰ ਪਾਠਸ਼ਾਲਾ ਵਿੱਚ ਲੈ ਕੇ ਆਏ ਨੇ ਅਤੇ ਪਾਂਧੇ ਨੂੰ ਫਿਰ ਸੰਬੋਧਨ ਹੋ ਕੇ ਕਹਿੰਦੇ ਨੇ ਕਿ ਮੇਰੇ ਬਾਲਕ ਨੂੰ ਵਿੱਦਿਆ ਚੰਗੀ ਤਰ੍ਹਾਂ ਪੜ੍ਹਾਵੀਂ। ਪਾਂਧਾ ਹੱਥ ਜੋੜ ਖੜਾ ਹੋ ਜਾਂਦਾ, ਸੀਸ ਨਿਵਾ ਕੇ ਬਚਨ ਕਰਦਾ ਹੈ ਕਿ ਹੇ ਬਾਬਾ ਮਹਿਤਾ ਕਾਲੂ ਜੀ, ਸਭ ਵਿੱਦਿਆ ਕੇ ਕਰਤਾ ਜਾਲਾ, ਇਨ ਪੜ੍ਹਨੀ ਨਹਿ ਪਰੋ ਖਿਆਲਾ। ਇਹ ਤਾਂ ਆਪ ਸਾਰੀਆਂ ਵਿੱਦਿਆ ਸਿਰਜਣ ਵਾਲੇ ਨੇ, ਕਿਸੇ ਦੁਨਿਆਵੀ ਉਸਤਾਦ ਕੋਲੋਂ ਇਹਨਾਂ ਨੂੰ ਪੜ੍ਹਾਉਣ ਦੇ ਖਿਆਲ ਵਿੱਚ ਨਾ ਪਾਓ। ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਨ ਹਾਰ, ਬਿਨਾਂ ਪੜ੍ਹਾਏ ਪੜ੍ਹਿਆ ਨੇ।
ਇਹ ਤਾਂ ਹੋਰਨਾਂ ਨੂੰ ਪੜਾਉਣ ਵਾਸਤੇ ਆਏ ਨੇ। ਇਉਂ ਸਤਿਗੁਰੂ ਜੀ ਨੇ ਅੰਮ੍ਰਿਤ ਰੂਪ ਬਾਣੀ ਦਾ ਸ਼ਬਦ ਉਚਾਰਨ ਕਰਕੇ ਬਾਣੀ ਉਚਾਰਨ ਕਰਕੇ ਪਾਂਧੇ ਨੂੰ ਸਿੱਖਿਆ ਦਿੱਤੀ। ਇਸ ਤੋਂ ਉਪਰੰਤ ਕੁਤਬਦੀਨ ਮੁੱਲਾਂ ਦੇ ਕੋਲ ਸਤਿਗੁਰੂ ਜੀ ਨੂੰ ਫਾਰਸੀ ਦਾ ਇਲਮ ਪੜਾਉਣ ਦੇ ਖਿਆਲ ਨਾਲ ਪਿਤਾ ਜੀ ਲੈ ਕੇ ਜਾਂਦੇ ਨੇ। ਸੋ ਫਾਰਸੀ ਦੀ ਸਹਰਫੀ ਦਾ ਸਭ ਤੋਂ ਪਹਿਲਾ ਅੱਖਰ ਅਲਫ ਪਾਂਧਾ ਉਹ ਪੜਾਉਂਦਾ ਹੈ, ਵਾਹਿਗੁਰੂ ਮੁੱਲਾਂ ਉਹ ਪੜਾਉਂਦਾ ਹੈ। ਮਹਾਰਾਜ ਅਲਫ ਦਾ ਅਰਥ ਪੁੱਛਦੇ ਨੇ। ਜਦੋਂ ਮੁੱਲਾਂ ਅਰਥ ਨਹੀਂ ਸੁਣਾ ਸਕਦਾ, ਮਹਾਰਾਜ ਕਹਿੰਦੇ ਲਓ ਤੁਹਾਨੂੰ ਅਸੀਂ ਸੁਣਾਉਂਦੇ ਹਾਂ ਕਿ ਅਲਫ ਦਾ ਭਾਵ ਕੀ ਹੈ। ਅਲਫ ਦੀ ਸ਼ਕਲ ਹੈ ਏਕੇ ਵਰਗੀ। ਮਹਾਰਾਜ ਉੱਥੇ ਸੰਪੂਰਨ ਸ਼ਬਦ ਫਾਰਸੀ ਦੇ ਢੰਗ ਵਿੱਚ ਉਚਾਰਨ ਕਰਦੇ ਨੇ ਤਲੰਗ ਰਾਗ ਦਾ। ਯਕ ਅਰਜ ਗੁਫਤਮ ਪੇਸ ਤੋ ਦਰਗੋਸ ਗੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਇਹ ਪੂਰਾ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ। ਮੁੱਲਾਂ ਵੀ ਆਪ ਜੀ ਅੱਗੇ ਨਤਮਸਤਕ ਹੁੰਦਾ ਤੇ ਧੰਨ ਧੰਨ ਕਹਿੰਦਾ। ਕਹਿਣ ਤੋਂ ਭਾਵ ਕਿ ਜੋ ਉਪਦੇਸ਼ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਹਾਰਾਜ ਬਾਣੀ ਉਚਾਰਨ ਕਰਕੇ ਬਖਸ਼ਦੇ ਨੇ। ਆਪਣੀ ਮੌਜ ਵਿੱਚ ਉਦਾਸ ਬਿਰਤੀ ਧਾਰਨ ਕਰਕੇ, ਸਰੀਰ ਦੀ ਚੰਚਲਤਾਈ ਤੋਂ ਰਹਿਤ ਹੋ ਕੇ ਸਾਰਾ ਦਿਨ ਆਪ ਜੀ ਸਮਾਧੀ ਸਥਿਤ ਬਰਾਜੇ ਰਹਿੰਦੇ ਨੇ। ਮਾਤਾ ਪਿਤਾ ਨੂੰ ਫਿਕਰ ਹੁੰਦੀ ਹੈ ਕਿ ਸ਼ਾਇਦ ਪੁੱਤਰ ਦੇ ਸਰੀਰ ਵਿੱਚ ਕੋਈ ਗੰਭੀਰ ਰੋਗ ਹੈ ਜਿਸ ਕਰਕੇ ਹੱਸਦਾ ਖੇਡਦਾ ਨਹੀਂ, ਖਾਂਦਾ ਪੀਂਦਾ ਨਹੀਂ। ਵੈਦ ਜੀ ਨੂੰ ਬੁਲਾਉਂਦੇ ਨੇ, ਹਰਦਾਸ ਜਿਨ੍ਹਾਂ ਦਾ ਨਾਮ ਹੈ, ਵੈਦ ਹਰਦਾਸ ਜੀ ਆਉਂਦੇ ਨੇ। ਆਪ ਜੀ ਦੀ ਨਬਜ਼ ਫੜ ਕੇ ਨਾੜੀ ਪ੍ਰੀਖਿਆ ਕਰਨੀ ਚਾਹੁੰਦੇ ਨੇ। ਆਪ ਜੀ ਪੁੱਛਦੇ ਨੇ, ਵੈਦ ਜੀ ਮੇਰੀ ਬਾਂਹ ਆਪਣੇ ਹੱਥ ਵਿੱਚ ਫੜ ਕੇ ਕੀ ਕਰਦੇ ਹੋ? ਵੈਦ ਕਹਿੰਦਾ, ਮੈਂ ਨਬਜ਼ ਨੂੰ ਟਟੋਲ ਕੇ ਰੋਗ ਪਛਾਣਾਂਗਾ ਅਤੇ ਫਿਰ ਕੋਈ ਦਵਾਈ ਦੇਵਾਂਗਾ ਜਿਹਦੇ ਨਾਲ ਤੁਸੀਂ ਤੰਦਰੁਸਤ ਹੋਵੋ। ਮਹਾਰਾਜ ਬਾਣੀ ਉਚਾਰਨ ਕਰਕੇ ਉਪਦੇਸ਼ ਦਿੰਦੇ ਨੇ। ਵੈਦ ਬੁਲਾਇਆ, ਵੈਦ ਗੀ ਪਕੜ ਟੰਡੋਲੇ ਬਾ, ਭੋਲਾ ਵੈਦ ਨਾ ਜਾਣ ਹੀ ਕਰ ਕਰੇਜੇ ਮਾਹੇ। ਇਉਂ ਉਸ ਵੈਦ ਹਰਦਾਸ ਨੂੰ ਵੀ ਆਤਮ ਗਿਆਨ ਦੇ ਕੇ ਨਿਹਾਲ ਕਰਦੇ ਨੇ। ਸਮਾਂ ਆਉਂਦਾ ਹੈ, ਕੁਲ ਦੀ ਰੀਤ ਮੁਤਾਬਕ, ਬੇਦੀ ਕੁਲ ਦੀ ਜਿਹੜੀ ਰੀਤ ਚੱਲਦੀ ਹੈ ਅਤੇ ਹਿੰਦੂ ਧਰਮ ਦੀ ਮਰਿਆਦਾ ਚੱਲਦੀ ਹੈ, ਉਸ ਮਰਿਆਦਾ ਦੇ ਮੁਤਾਬਕ ਪਿਤਾ ਜੀ ਆਪ ਜੀ ਨੂੰ ਯੱਗਿਓਪਵੀਤ ਧਾਰਨ ਕਰਾਉਣਾ ਚਾਹੁੰਦੇ, ਭਾਵ ਜਨੇਊ ਪਾਉਣਾ ਚਾਹੁੰਦੇ ਨੇ। ਸੋ ਸਾਰਾ ਆਡੰਬਰ ਰਚਿਆ ਜਾਂਦਾ, ਰਿਸ਼ਤੇਦਾਰ ਸਕੇ ਸੰਬੰਧੀ ਆਉਂਦੇ ਨੇ, ਭੰਡਾਰਾ ਕੀਤਾ ਜਾਂਦਾ ਅਤੇ ਬੁਲਾਇਆ ਜਾਂਦਾ ਰਸਮ ਅਦਾ ਕਰਨ ਵਾਸਤੇ ਪੁਰੋਹਿਤ ਹਰਦਿਆਲ ਜੀ ਨੂੰ, ਅਤੇ ਤਾਗੇ ਦਾ ਵੱਟਿਆ ਹੋਇਆ ਜਨੇਊ ਜਦੋਂ ਹਰਦਿਆਲ ਜੀ ਆਪ ਜੀ ਦੇ ਗਲ ਪਾਉਣਾ ਚਾਹੁੰਦੇ ਨੇ, ਆਪ ਜੀ ਇਨਕਾਰ ਕਰਦੇ ਨੇ। ਅਤੇ ਜਦੋਂ ਪਾਂਧਾ ਜੀ ਹੁਰੀ, ਹਰਦਿਆਲ ਪੰਡਿਤ ਜੀ ਹੁਰੀ ਇਹ ਕਹਿੰਦੇ ਨੇ ਕਿ ਇਹ ਤਾਂ ਜਗਤ ਦੀ ਰੀਤ ਜਿਹੜੀ ਹੈ ਹਿੰਦ ਧਰਮ ਦੀ ਚੱਲਦੀ ਆਈ ਹੈ, ਜ਼ਰੂਰ ਧਾਰਨ ਕਰਨੀ ਚਾਹੀਦੀ ਹੈ, ਤਾਂ ਆਪ ਜੀ ਕਹਿੰਦੇ ਮੈਂ ਇਨਕਾਰੀ ਨਹੀਂ, ਮੈਂ ਵੀ ਪਹਿਨਣ ਲਈ ਤਿਆਰ ਹਾਂ। ਪਰ ਕਿਹੜਾ? ਬਾਣੀ ਉਚਾਰਨ ਕਰਕੇ ਸਮਝਾਉਂਦੇ ਨੇ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈਤਾ ਪਾਂਡੇ ਘੱਤ। ਅਤੇ ਇਹਦਾ ਫਾਇਦਾ ਕੀ ਹੈ? ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਅਤੇ ਇਹ ਪੰਡਤਾ ਜਿਹੜਾ ਜਨੇਊ ਤੂੰ ਪਾਉਂਦਾ, ਉਹਦੇ ਬਾਰੇ ਵੀ ਸੁਣਦਾ ਕਿ ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ, ਸਿੱਖਾ ਕੰਨ ਚੜ੍ਹਾਈਆ ਗੁਰਬ੍ਰਾਹਮਣ ਥਿਆ, ਉਹ ਮੂਆ ਉਹ ਝੜ ਪਿਆ ਵੇ ਤੱਗਾ ਗਏ। ਜਦੋਂ ਸ਼ੁਭ ਗੁਣਾ ਰੂਪੀ ਅਧਿਆਤਮਿਕ ਜਨੇਊ ਦੀ ਗੱਲ ਸਤਿਗੁਰੂ ਜੀ ਕਰਦੇ ਨੇ, ਪੰਡਿਤ ਹਰਦਿਆਲ ਜੀ ਵੀ ਆਪ ਜੀ ਦੇ ਚਰਨਾਂ 'ਤੇ ਢਹਿ ਪੈਂਦੇ ਨੇ ਅਤੇ ਸਤਿਗੁਰਾਂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਨਿਹਾਲ ਨਿਹਾਲ ਹੁੰਦੇ ਨੇ। ਸੋ ਇਉਂ ਜਿੱਥੇ ਜਿੱਥੇ ਵੀ ਆਪ ਜੀ ਗਏ, ਜਿਸ ਜਿਸ ਨੂੰ ਵੀ ਉਪਦੇਸ਼ ਦਿੱਤਾ, ਅੰਮ੍ਰਿਤ ਰੂਪ ਬਾਣੀ ਉਚਾਰਨ ਕਰਕੇ ਬਖਸ਼ਿਆ। ਜਦੋਂ ਚਾਰ ਉਦਾਸੀਆਂ ਚੱਲਦੀਆਂ, ਇਹਨਾਂ ਦੇ ਦੌਰਾਨ
ਦੀਪਾਲਪੁਰ ਨਗਰ ਵਿੱਚ ਆਪ ਜੀ ਪਹੁੰਚਦੇ ਨੇ। ਬਾਰ ਬਾਰ ਉਜਾੜ ਹੈ, ਕੋੜੀ ਸੇਠ ਉੱਥੇ ਰਹਿੰਦਾ ਹੈ, ਜਿਸ ਦੇ ਸਰੀਰ ਤੇ ਕੋੜ ਦਾ ਰੋਗ ਹੋਣ ਕਰਕੇ ਕੋਈ ਨੇੜੇ ਨਹੀਂ ਆਉਂਦਾ। ਉਹਦੇ ਕੋਲ ਪਹੁੰਚ ਕੇ ਧਨਾਸਰੀ ਰਾਗ ਵਿੱਚ ਬਾਣੀ ਦਾ ਸ਼ਬਦ ਉਚਾਰਨ ਕਰਦੇ ਨੇ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਇਹ ਸ਼ਬਦ ਉਚਾਰਨ ਕਰਕੇ ਸਤਿਗੁਰੂ ਜਿੱਥੇ ਸਰੀਰਕ ਕੋੜ ਨੂੰ ਮੇਟਦੇ ਨੇ, ਉੱਥੇ ਮਨ ਦਾ ਔਗਣਾਂ ਅਤੇ ਵਿਕਾਰਾਂ ਦਾ ਕੋੜ ਮੇਟ ਕੇ ਵੀ ਅੰਦਰੋਂ ਬਾਹਰੋਂ ਐਨ ਪੂਰਨ ਤੌਰ 'ਤੇ ਤੰਦਰੁਸਤੀ ਦੀ ਦਾਤ ਅਤੇ ਅਰੋਗਤਾ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਲੰਬੇ ਨਗਰ ਦੇ ਵਿੱਚ ਸੱਜਣ ਦੀ ਹਵੇਲੀ ਵਿੱਚ ਪਹੁੰਚਦੇ ਨੇ, ਜੋ ਬਾਹਰੋਂ ਤਾਂ ਧਰਮਾਤਮਾ ਵਾਲਾ ਧਰਮੀ ਪੁਰਖਾਂ ਵਾਲਾ ਲਿਬਾਸ ਧਾਰਨ ਕਰੀ ਬੈਠਾ ਹੈ, ਸਰਾਂ ਬਣਾਈ ਹੋਈ ਹੈ, ਜਿਸ ਦੇ ਇੱਕ ਪਾਸੇ ਮੰਦਰ ਇੱਕ ਪਾਸੇ ਮਸਜਿਦ ਹੈ, ਲੋਕਾਂ ਵਿੱਚ ਪ੍ਰਭਾਵ ਕੇ ਸੱਜਣ ਬੜਾ ਧਰਮੀ ਮਨੁੱਖ ਹੈ, ਕੋਈ ਕਿਸੇ ਧਰਮ ਦਾ ਵਿਤਕਰਾ ਨਹੀਂ ਕਰਦਾ, ਚਾਹੇ ਕੋਈ ਹਿੰਦੂ ਆਵੇ ਮੁਸਲਮਾਨ ਆਵੇ, ਸਾਰਿਆਂ ਨੂੰ ਇੱਕ ਬਰਾਬਰ ਨਿਗਾਹ ਦੇ ਨਾਲ ਵੇਖਦਾ ਅਤੇ ਸਭਨਾਂ ਦੀ ਸੇਵਾ ਕਰਦਾ। ਨਹੀਂ ਸੀ ਭੋਲੇ ਲੋਕ ਜਾਣਦੇ ਕਿ ਵਾਕਿਆ ਹੀ ਸੱਜਣ ਦੀ ਨਿਗਾਹ ਵਿੱਚ ਹਿੰਦੂ ਮੁਸਲਮਾਨ ਦਾ ਕੋਈ ਵਿਤਕਰਾ ਨਹੀਂ, ਜਿਹੜਾ ਵੀ ਮੁਸਾਫਰ ਆ ਗਿਆ ਉਹਨੂੰ ਕਤਲ ਕਰ ਹੀ ਦੇਣਾ ਅਤੇ ਉਹਦੀ ਮਾਇਆ ਲੁੱਟ ਹੀ ਲੈਣੀ ਹੈ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ। ਇਉਂ ਉਹ ਸੱਜਣ ਦੀ ਜਿਹੜੀ ਸਰਾਂ ਸੀ, ਰਾਹੀਆਂ ਬੇਦੋਸ਼ੀਆਂ ਮੁਸਾਫਰਾਂ ਵਿਚਾਰਿਆਂ ਦੀ ਕਤਲਗਾਹ ਬਣੀ ਹੋਈ ਸੀ, ਲਾਸ਼ਾਂ ਖੂਹ ਵਿੱਚ ਸੁੱਟ ਦੇਣੀਆਂ, ਉਹਨਾਂ ਦੇ ਪੱਲੇ ਧਨ ਦੌਲਤ ਆਪ ਸੰਭਾਲ ਲੈਣਾ। ਅੱਜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੀ ਸਰਾਂ ਵਿੱਚ ਆਣ ਪਹੁੰਚੇ ਨੇ, ਅਤੇ ਇਉਂ ਆਪ ਜੀ ਦੇ ਸਰੀਰ ਦਾ ਬਾਹਰੀ ਵੇਖ ਵੇਖ ਕੇ ਅੰਦਾਜ਼ਾ ਲਾਇਆ ਕਿ ਇਹ ਹਿੰਦੂਆਂ ਨਾਲ ਸੰਬੰਧਿਤ ਹੋਣਗੇ, ਮੰਦਰ ਵਾਲੇ ਪਾਸੇ ਠਹਿਰਾਇਆ, ਜ਼ਹਿਰੀਲਾ ਦੁੱਧ ਪਿਆਉਣ ਦੀ ਕੋਸ਼ਿਸ਼ ਕੀਤੀ ਪਰ ਮਹਾਰਾਜ ਨੇ ਨਹੀਂ ਛਕਿਆ, ਅਤੇ ਇਹ ਖਿਆਲ ਕਰਦੇ ਨੇ ਕਿ ਇਹ ਅੱਜ ਆਏ ਮੁਸਾਫਰ ਚਿਹਰੇ 'ਤੇ ਬੜਾ ਨੂਰ ਹੈ, ਚੰਗੇ ਧਨੀ ਜਾਪਦੇ ਨੇ, ਇਹਨਾਂ ਕੋਲੋਂ ਤਾਂ ਅੱਜ ਵਾਹਵਾ ਹੀ ਮਾਲ ਮੱਤਾ ਹਾਸਲ ਹੋਵੇਗਾ, ਰਾਤ ਸੁੱਤਿਆਂ ਪਿਆਂ ਨੂੰ ਮਾਰ ਦੇਵਾਂਗੇ। ਨਹੀਂ ਸੀ ਪਤਾ ਕਿ ਵਾਕਿਆ ਅੱਜ ਇਹਨਾਂ ਕੋਲੋਂ ਐਸੀ ਪੂੰਜੀ ਪ੍ਰਾਪਤ ਹੋ ਜਾਣੀ ਹੈ ਜਿਸ ਨੇ ਲੋਕ ਪ੍ਰਲੋਕ ਸੁਹੇਲਾ ਸਫਲਾ ਕਰ ਦੇਣਾ। ਉਹ ਤਾਂ ਇਸ ਉਡੀਕ ਵਿੱਚ ਨੇ ਕਿ ਅੱਜ ਆਏ ਇਹ ਮੁਸਾਫਰ ਸੌਂ ਜਾਣ ਅਤੇ ਸੁੱਤੇ ਪਿਆਂ 'ਤੇ ਹਮਲਾ ਕਰਕੇ ਮਾਰ ਦੇਈਏ, ਇਹਨਾਂ ਕੋਲੋਂ ਧੰਦ ਦੌਲਤ ਲੁੱਟ ਲਵਾਂਗੇ। ਪਰ ਸਤਿਗੁਰੂ ਜੀ ਅੱਜ ਇੱਥੇ ਸੌਣ ਨਹੀਂ ਆਏ, ਬਲਕਿ ਜਨਮਾਂ ਜਨਮਾਂਤਰਾਂ ਤੋਂ ਅਵਿਦਿਆ ਅਤੇ ਗਾਫਲਤਾਈ ਦੀ ਨੀਂਦ ਵਿੱਚ ਸੁੱਤੇ ਹੋਏ ਸੱਜਣ ਅਤੇ ਉਹਦੇ ਸਾਥੀਆਂ ਨੂੰ ਜਗਾਉਣ ਵਾਸਤੇ ਆਏ ਨੇ। ਅੱਧੀ ਰਾਤ ਦਾ ਸਮਾਂ ਹੁੰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਬਾਬ ਵਜਾਉਣ ਦਾ ਹੁਕਮ ਕਰਦੇ ਨੇ। ਰਬਾਬ ਦੀ ਮਿੱਠੀ ਧੁੰਨ ਜਿਹੜੀ ਹੈ ਉਹ ਆਲੇ ਦੁਆਲੇ ਦੇ ਸ਼ਾਂਤ ਵਾਤਾਵਰਣ ਨੂੰ ਚੀਰਦੀ ਹੋਈ ਮਧੁਰ ਸੰਗੀਤ ਪੈਦਾ ਕਰਦੀ ਹੈ, ਅਤੇ ਸਤਿਗੁਰੂ ਜੀ ਉਸ ਸੰਗੀਤ ਨਾਲ ਆਵਾਜ਼ ਮਿਲਾ ਕੇ ਸ਼ਬਦ ਉਚਾਰਨ ਕਰਦੇ ਨੇ। ਸੂਹੀ ਰਾਗ ਦੇ ਵਿੱਚ ਉੱਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਨ। ਸ਼ਬਦ ਦੇ ਭਾਵ ਅਰਥ ਸੱਜਣ ਅਤੇ ਉਹਦੇ ਸਾਥੀਆਂ ਦੇ ਮਨਾਂ ਨੂੰ ਮਾਨੋ ਚੀਰਦੇ ਜਾਂਦੇ ਨੇ। ਆਪਣੇ ਹੁਣ ਤੱਕ ਦੇ ਕੀਤੇ ਹੋਏ ਪਾਪਾਂ ਦਾ ਨਕਸ਼ਾ ਅੱਖਾਂ ਸਾਹਮਣੇ ਘੁੰਮਦਾ, ਦਿਲ ਕੰਬਦਾ ਹੈ, ਲਰਜ਼ਦਾ ਹੈ, ਅਤੇ ਸਭ ਵਿਚਾਰਾਂ ਛੱਡ ਕੇ ਸੱਜਣ ਹੋਰੀ ਆ ਕੇ ਸਤਿਗੁਰੂ ਗਰੀਬ ਨਿਵਾਸ ਜੀ ਦੇ ਚਰਨ ਫੜ ਲੈਂਦੇ ਨੇ। ਮਹਾਤਮਾ ਜੀ ਬਖਸ਼ ਲਵੋ, ਬੜੇ ਪਾਪ ਹੁਣ ਤੱਕ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀ ਮਿਹਰ ਦੀ ਨਿਗਾਹ ਕਰਦੇ ਨੇ, ਸੱਜਣ ਅਤੇ ਉਹਦੇ ਸਾਥੀਆਂ ਦੀ ਪਾਪ ਬਿਰਤੀ ਨੂੰ ਵੀ ਖਤਮ ਕਰ ਦਿੰਦੇ ਨੇ, ਔਰ ਵਾਹਿਗੁਰੂ ਦੇ ਨਾਮ ਦਾ ਸੰਚਾਰ ਉਹਨਾਂ ਦੇ ਹਿਰਦਿਆਂ ਵਿੱਚ ਕਰਦੇ ਨੇ।
ਜਿਹੜੀ ਸੱਜਣ ਦੀ ਸਰਾਂ ਕਿਸੇ ਵੇਲੇ ਅੱਜ ਤੋਂ ਪਹਿਲਾਂ ਬੇਦੋਸ਼ੇ ਮੁਸਾਫਰਾਂ ਦੀ ਕਤਲਗਾਹ ਬਣੀ ਰਹੀ ਹੈ, ਅੱਜ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਉਚਾਰਨ ਕੀਤੇ ਹੋਏ ਉਪਦੇਸ਼ ਦੇ ਨਾਲ ਉਹ ਸਰਾਂ ਅੱਜ ਧਰਮਸ਼ਾਲਾ ਬਣ ਗਈ ਹੈ। ਅਤੇ ਜਿੱਥੇ ਕਤਲ ਕੀਤੇ ਜਾਂਦੇ ਮਜ਼ਲੂਮਾਂ ਵਿਚਾਰੀਆਂ ਦੀਆਂ ਆਹਾਂ ਚੀਕਾਂ ਪੁਕਾਰਾਂ ਗੂੰਜੀਆਂ ਕਰਦੀਆਂ ਸਨ, ਉਸ ਸਰਾਂ ਦੇ ਵਿੱਚ ਧਰਮਸ਼ਾਲਾ ਦਾ ਰੂਪ ਬਣ ਕੇ ਉੱਥੋਂ ਵਾਹਿਗੁਰੂ ਦੇ ਨਾਮ ਦੀਆਂ ਗੁੰਜਾਰਾਂ, ਪਰਮਾਤਮਾ ਦੇ ਨਾਮ ਦੇ ਕੀਰਤਨ ਦੀਆਂ ਧੁਨੀਆਂ ਗੂੰਜਣ ਲੱਗੀਆਂ। ਐਸੀ ਕਿਰਪਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਕੀਤੀ ਸੀ। ਸੋ ਕਹਿਣ ਤੋਂ ਭਾਵ ਕਿੱਥੋਂ ਤੱਕ ਮੈਂ ਵਿਚਾਰ ਕਰਾਂ, ਕਿਸ ਕਿਸ ਇਤਿਹਾਸਕ ਵਾਰਤਾ ਦਾ ਜ਼ਿਕਰ ਕਰਾਂ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਗਏ, ਜਿਸ ਨੂੰ ਵੀ ਉਪਦੇਸ਼ ਬਖਸ਼ਿਆ, ਅੰਮ੍ਰਿਤ ਰੂਪ ਪਾਵਨ ਬਾਣੀ ਉਪਦੇਸ਼ ਜਿਹੜਾ ਸੀ ਉਹ ਆਪ ਜੀ ਨੇ ਉਚਾਰਨ ਕਰਕੇ ਬਖਸ਼ਿਆ। ਸੁਮੇਰ ਪਰਬਤ ਦੀ ਚੋਟੀ 'ਤੇ ਜਾਂਦੇ ਨੇ, ਸਿੱਧ ਆਪ ਜੀ ਨਾਲ ਆਤਮ ਗਿਆਨ ਦੇ ਸਵਾਲ ਵਿਚਾਰ ਕਰਦੇ ਨੇ, ਸਤਿਗੁਰੂ ਜੀ ਜੋ ਉਪਦੇਸ਼ ਦਿੰਦੇ ਨੇ ਬਾਣੀ ਉਚਾਰਨ ਕਰਕੇ ਬਖਸ਼ਿਸ਼ ਕਰਦੇ ਨੇ, ਉਹ ਸਾਰੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀਆਂ ਪੌੜੀਆਂ ਭਾਵ ਜਪਜੀ ਸਾਹਿਬ ਅੰਮ੍ਰਿਤ ਰੂਪ ਬਾਣੀ ਹੈ, ਜੋ ਆਤਮ ਗਿਆਨ ਦਾ ਨਿਰਣਾ ਕਰਨ ਵਾਸਤੇ ਸਤਿਗੁਰਾਂ ਨੇ ਸਿੱਧਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਸੀ। ਹੋਰ ਅਨੇਕ ਪ੍ਰਕਾਰ ਦੇ ਸਵਾਲ ਸਿੱਧ ਕਰਦੇ ਨੇ, ਕਿਧਰੇ ਉਸ ਸੁਮੇਰ ਪਰਬਤ ਦੀ ਚੋਟੀ 'ਤੇ, ਕਿਧਰੇ ਗੋਰਖ ਮਤਾ ਜੋ ਬਾਅਦ ਵਿੱਚ ਨਾਨਕ ਮਤਾ ਬਣਿਆ ਉਸ ਧਰਤੀ 'ਤੇ, ਅਤੇ ਕਿਧਰੇ ਬਟਾਲੇ ਦੇ ਨਜ਼ਦੀਕ ਅਚਲ ਸਾਹਿਬ ਦੇ ਅਸਥਾਨ 'ਤੇ ਸਿੱਧ ਸਤਿਗੁਰਾਂ ਕੋਲੋਂ ਸਵਾਲ ਪੁੱਛਦੇ ਚਰਚਾ ਵਿਚਾਰਾਂ ਕਰਦੇ ਨੇ, ਉਹਨਾਂ ਦੇ ਸਵਾਲਾਂ ਦਾ ਵਰਣਨ ਕਰਦਿਆਂ ਸਤਿਗੁਰੂ ਜੀ ਨਾਲ ਜਵਾਬ ਵੀ ਉਚਾਰਨ ਕਰਦੇ ਨੇ, ਜੋ ਪਾਵਨ ਬਾਣੀ ਰਾਮਕਲੀ ਰਾਗ ਵਿੱਚ ਸਿੱਧ ਗੋਸ਼ਟ ਸੁਭਾਏਮਾਨ ਹੈ। ਇਉਂ ਬਾਣੀ ਉਚਾਰਨ ਕਰਕੇ ਹੀ ਉਪਦੇਸ਼ ਬਖਸ਼ਿਆ ਅਤੇ ਨਾਲ ਹੀ ਇਸ ਅੰਮ੍ਰਿਤ ਰੂਪ ਬਾਣੀ ਦੇ ਖਜ਼ਾਨੇ ਨੂੰ ਲਿਖਤੀ ਤੌਰ 'ਤੇ ਵੀ ਸੰਭਾਲਿਆ। ਹੋਰ ਵੀ ਆਪ ਜੀ ਦੇ ਸ਼ਰਧਾਲੂ ਪ੍ਰੇਮੀ ਗੁਰਸਿੱਖ ਪਿਆਰੇ ਥਾਂ ਪਰ ਥਾਂ ਜਿਨ੍ਹਾਂ ਨੂੰ ਸ਼ਬਦ ਪ੍ਰਾਪਤ ਹੋਏ ਨੇ, ਜਿਨ੍ਹਾਂ ਨੂੰ ਉਪਦੇਸ਼ ਮਿਲਿਆ ਅਤੇ ਜੋ ਅੱਖਰਾਂ ਦੀ ਵਿੱਦਿਆ ਜਾਣਦੇ ਨੇ, ਉਹ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਉਪਦੇਸ਼ ਨੂੰ ਸ਼ਬਦਾਂ ਨੂੰ ਲਿਖ ਕੇ ਆਪਣੇ ਕੋਲ ਰੱਖਦੇ ਨੇ। ਜਿਵੇਂ ਸਤਿਗੁਰੂ ਜੀ ਕਾਸ਼ੀ ਦੀ ਧਰਤੀ 'ਤੇ ਗਏ ਸਨ ਅਤੇ ਉੱਥੇ ਗੋਪਾਲ ਦੱਤ ਪੰਡਿਤ ਨੂੰ ਉਪਦੇਸ਼ ਉਚਾਰਨ ਕਰਦਿਆਂ ਹੋਇਆਂ ਚਾਰ ਸਹਿਸ ਕਿਰਤੀ ਸਲੋਕ ਮਹਾਰਾਜ ਨੇ ਉਚਾਰਨ ਕੀਤੇ ਸੀ, ਉਹ ਗੋਪਾਲ ਦੱਤ ਜੀ ਹੋਰਾਂ ਨੇ ਆਪਣੇ ਕੋਲ ਲਿਖ ਕੇ ਰੱਖੇ ਸਨ। ਇਉਂ ਨਾਲ ਦੀ ਨਾਲ ਗੁਰੂ ਕੀ ਬਾਣੀ ਨੂੰ ਲਿਖਤੀ ਸਰੂਪ ਵੀ ਮਿਲਿਆ। ਸਮਾਂ ਆਉਂਦਾ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸਤਿਗੁਰੂ ਗਰੀਬ ਨਿਵਾਜ ਜੀ ਆਪ ਜੋਤੀ ਜੋਤ ਸਮਾਉਣ ਦੀ ਤਿਆਰੀ ਕਰਦੇ ਨੇ, ਅਤੇ ਜੋਤੀ ਜੋਤ ਸਮਾਉਣ ਤੋਂ ਤਕਰੀਬਨ ਕੋਈ 5 ਕੁ ਦਿਨ ਪਹਿਲਾਂ ਗੁਰਤਾ ਗੱਦੀ ਦੀ ਦਾਤ ਆਪਣੇ ਪਰਮ ਸੇਵਕ ਭਾਈ ਸਾਹਿਬ ਪਾਵਨ ਭਾਈ ਲਹਿਣਾ ਜੀ ਨੂੰ ਬਖਸ਼ਿਸ਼ ਕਰਕੇ ਉਹਨਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਸਰੂਪ ਨਾਮ ਬਖਸ਼ਿਸ਼ ਕਰਦੇ ਹਨ, ਅਤੇ ਨਾਲ ਹੀ ਅਧਿਆਤਮਿਕ ਰੂਪ ਵਿੱਚ ਸ਼ਬਦ ਬਾਣੀ ਦਾ ਜਿਹੜਾ ਖਜ਼ਾਨਾ ਹੈ ਉਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਕਰਦੇ ਨੇ। ਇਉਂ ਇਹ ਮਹਾਨ ਕਿਰਪਾਲਤਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਕੀਤੀ ਹੈ। ਬਾਬੇ ਨੇ ਸ਼ਬਦ ਕਾ ਖਜ਼ਾਨਾ ਗੁਰ ਅੰਗਦ ਕੇ ਹਵਾਲੇ ਕੀ ਆ, ਇਉਂ ਅਧਿਆਤਮਿਕ ਰੂਪ ਵਿੱਚ ਹਿਰਦੇ ਵਿੱਚ ਸ਼ਬਦ ਦਾ ਭੰਡਾਰ ਭਰ ਦਿੱਤਾ ਹੈ। ਅਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਸਤਿਗੁਰੂ ਨਾਨਕ ਦੇਵ ਜੀ ਦੇ ਬਚਨ ਮੁਤਾਬਕ ਕਰਤਾਰਪੁਰ ਨੂੰ ਛੱਡ ਕੇ ਖਡੂਰ ਸਾਹਿਬ ਵਿਖੇ ਨਿਵਾਸ ਰੱਖੇ ਹੈ। ਗੁਰਤਾ ਗੱਦੀ ਬਖਸ਼ਿਸ਼ ਕਰਨ ਉਪਰੰਤ ਕਰਤਾਰਪੁਰ ਤੋਂ ਚਲੇ ਜਾਣ ਦਾ ਅਤੇ ਖਡੂਰ ਵਿਖੇ ਰਹਿਣ ਦਾ ਹੁਕਮ ਮਹਾਰਾਜ ਨੇ ਕਰ ਦਿੱਤਾ ਸੀ। ਹੁਕਮ ਦੀ ਪਾਲਣਾ ਕਰਦਿਆਂ ਆਪ ਜੀ ਖਡੂਰ ਸਾਹਿਬ ਚਲੇ ਗਏ ਸੀ। ਪਿੱਛੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਅੱਸੂਵਦੀ ਦਸਮੀ ਵਾਲੇ ਦਿਨ ਜੋਤੀ ਜੋਤ ਸਮਾਏ ਨੇ। ਗੁਰੂ ਕੇ ਜੋਤੀ ਜੋਤ ਸਮਾਉਣ ਤੋਂ ਸਤਿਗੁਰੂ ਅੰਗਦ ਦੇਵ ਜੀ ਅਤਿਅੰਤ ਵੈਰਾਗ ਵਿੱਚ ਆ ਗਏ ਸਨ। ਕਿਸੇ ਨਾਲ ਮਿਲਣਾ,
ਕੁਝ ਖਾਣਾ ਪੀਣਾ ਕੁਝ ਬਚਨ ਕਰਨਾ ਮਨ ਨੂੰ ਭਾਉਂਦਾ ਨਹੀਂ ਸੀ। ਇੰਨਾ ਵੈਰਾਗ ਮਨ ਵਿੱਚ ਆਇਆ ਅਤੇ ਆਪਣੇ ਸ਼ਰੀਕੇ ਵਿੱਚੋਂ ਲੱਗਦੇ ਭੂਆ ਜੀ ਮਾਤਾ ਵਿਰਾਈ ਜੀ ਜਿਨ੍ਹਾਂ ਨੂੰ ਭਰਾਈ ਜੀ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਘਰ ਆਪ ਜੀ ਨੇ ਇੱਕ ਕਮਰੇ ਦੇ ਵਿੱਚ ਆਪਣਾ ਆਸਣ ਲਾ ਲਿਆ ਸੀ ਅਤੇ ਕਮਰੇ ਦੇ ਦਰ ਚਿਣਵਾ ਦਿੱਤੇ ਸਨ। ਮਾਤਾ ਜੀ ਨੂੰ ਕਹਿ ਦਿੱਤਾ ਸੀ ਸਾਡੇ ਬਾਰੇ ਕਿਸੇ ਨੂੰ ਦੱਸਣਾ ਨਹੀਂ। ਸੰਗਤਾਂ ਭਾਲ ਵਿੱਚ ਹਨ ਕਿ ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਗੁਰਤਾ ਬਖਸ਼ਿਸ਼ ਕੀਤੀ, ਜਿਨ੍ਹਾਂ ਦਾ ਲੜ ਸਾਨੂੰ ਪਕੜਾ ਗਏ ਨੇ, ਉਹ ਦੂਜੇ ਸਰੂਪ ਸਤਿਗੁਰੂ ਜੀ ਕਿੱਥੇ ਨੇ? ਭਾਲਿਆਂ ਜਦੋਂ ਗੁਰੂ ਕੇ ਦਰਸ਼ਨ ਨਹੀਂ ਹੁੰਦੇ, ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਕੋਲ ਆਉਂਦੀਆਂ, ਬਾਬਾ ਜੀ ਆਪ ਜੀ 'ਤੇ ਕਿਰਪਾ ਭਰਿਆ ਬਚਨ ਸਤਿਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ, ਬੁੱਢਾ ਤੈਥੋਂ ਕਦੇ ਓਹਲੇ ਨਾ ਹੋਸਾਂ, ਤੁਸੀਂ ਜਾਣਦੇ ਹੋ ਸਤਿਗੁਰੂ ਜੀ ਕਿੱਥੇ ਨੇ, ਸਾਨੂੰ ਦਰਸ਼ਨ ਕਰਾਓ। ਹੁਣ ਭਾਵੇਂ ਬਾਬਾ ਬੁੱਢਾ ਜੀ ਜਾਣਦੇ ਹਨ, ਆਤਮ ਗਿਆਨੀ ਨੇ, ਆਤਮਦਰਸ਼ੀ ਨੇ, ਗੁਰੂ ਕਾ ਬਚਨ ਪ੍ਰਤੱਖ ਵਰਤਦਾ ਹੈ, ਪਰ ਆਪਣੀ ਮਹਾਨ ਅਵਸਥਾ ਨੂੰ ਛੁਪਾ ਕੇ ਵੀ ਰੱਖਦੇ ਨੇ। ਅਣਜਾਣਾ ਵਾਂਗ ਹੀ ਸਿੱਖ ਸੰਗਤ ਦੇ ਆਗੂ ਬਣ ਕੇ ਖਡੂਰ ਨੂੰ ਤੁਰਦੇ ਨੇ, ਘਰ ਘਰ ਪੁੱਛਦੇ ਫਿਰਦੇ ਨੇ ਕਿ ਤੁਹਾਨੂੰ ਕਿਸੇ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬਾਰੇ ਪਤਾ ਹੈ, ਪਰ ਸਾਰੇ ਇਨਕਾਰ ਕਰਦੇ ਨੇ। ਪੁੱਛਦਿਆਂ ਪਛਾਉਂਦਿਆਂ ਮਾਤਾ ਜੀ ਦੇ ਘਰ ਜਾਂਦੇ ਨੇ, ਮਾਤਾ ਭਰਾਈ ਜੀ ਦੇ ਘਰ, ਉਹਨਾਂ ਨੂੰ ਪੁੱਛਦੇ ਨੇ ਮਾਤਾ ਜੀ ਤੁਹਾਨੂੰ ਪਤਾ ਗੁਰੂ ਅੰਗਦ ਦੇਵ ਜੀ ਕਿੱਥੇ ਨੇ? ਮਾਤਾ ਜੀ ਹਾਂ ਜਾਂ ਨਾਂ ਵਿੱਚ ਕੋਈ ਵੀ ਜਵਾਬ ਨਹੀਂ ਦਿੰਦੇ। ਸਮਝ ਗਏ ਬਾਬਾ ਬੁੱਢਾ ਜੀ ਕਿ ਸਤਿਗੁਰੂ ਜੀ ਇੱਥੇ ਨੇ, ਮਾਤਾ ਜੀ ਨੂੰ ਪਤਾ ਹੈ, ਪਰ ਗੁਰੂ ਕੇ ਬਚਨਾਂ ਦੇ ਬੱਝੇ ਹੋਏ ਅੱਗੋਂ ਕੁਝ ਨਹੀਂ ਬੋਲ ਰਹੇ, ਸੋ ਇਹਨਾਂ ਨੂੰ ਮਜਬੂਰ ਵੀ ਨਹੀਂ ਕਰਨਾ ਚਾਹੀਦਾ। ਆਲੇ ਦੁਆਲੇ ਫਿਰ ਤੁਰ ਕੇ ਵੇਖਣ ਲੱਗੇ ਨੇ, ਚਲੋ ਭਾਲੀਏ, ਕਮਰਾ ਨਜ਼ਰੀ ਪਿਆ ਜਿਹਦਾ ਨਾ ਕੋਈ ਖਿੜਕੀ ਹੈ ਨਾ ਕੋਈ ਦਰਵਾਜ਼ਾ ਹੈ, ਇਹ ਕਮਰਾ ਕਾਹਦੇ ਵਾਸਤੇ ਬਣਾਇਆ ਜਿਹਦੇ ਅੰਦਰ ਬਾਹਰ ਆਉਣ ਜਾਣ ਦਾ ਰਸਤਾ ਹੀ ਕੋਈ ਨਹੀਂ, ਹੋ ਸਕਦਾ ਸਤਿਗੁਰੂ ਇੱਥੇ ਹੀ ਹੋਣਗੇ। ਉਹ ਦਰ ਚਿਣਿਆ ਹੋਇਆ ਜਿਹੜਾ ਸੀ ਉਹ ਲੱਭ ਲਿਆ, ਕਿਉਂਕਿ ਪੋਚਾ ਮਾਰ ਕੇ ਇੱਕ ਸਾਰਜੂ ਕਰ ਦਿੱਤਾ ਸੀ ਸਾਰਾ, ਲੱਭ ਕੇ ਉਹ ਦਰ ਜਿਹੜਾ ਸੀ ਉਹ ਉਖੇੜਿਆ, ਉਸਾਰੀ ਪਾਸੇ ਕੀਤੀ, ਅੰਦਰ ਬੈਠੇ ਸਤਿਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਦਿਦਾਰੇ ਕਰ ਲਏ ਸਨ। ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਰਸਣੇ ਆਰੰਭ ਕੀਤੇ, ਚਰਨਾਂ ਨੂੰ ਸਪਰਸ਼ ਹੋਣ ਤੋਂ ਕੁਝ ਸਮੇਂ ਬਾਅਦ ਸਤਿਗੁਰਾਂ ਦੀ ਸਮਾਧੀ ਖੁੱਲ੍ਹੀ, ਨੇਤਰ ਪ੍ਰਕਾਸ਼ ਹੋਏ ਅਤੇ ਉਸ ਵਕਤ ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨੂੰ ਕੋਲ ਬੈਠਿਆਂ ਵੇਖ ਕੇ ਅਤਿਅੰਤ ਵਿਰਾਗ ਵਿੱਚ ਬਚਨ ਉਚਾਰਿਆ। ਸਭ ਤੋਂ ਪਹਿਲਾਂ ਇਹ ਸਲੋਕ ਸਤਿਗੁਰੂ ਅੰਗਦ ਦੇਵ ਜੀ ਨੇ ਉਚਾਰਨ ਕੀਤਾ ਸੀ, ਜਿਸ ਪਿਆਰੇ ਸਿਉ ਨੇਹ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਦੇ ਬਚਨ ਯਥਾਰਥ ਨੇ, ਸੱਚ ਨੇ, ਵਾਕਿਆ ਹੀ ਆਪ ਜੀ ਦਾ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੇਮ ਹੀ ਇੰਨਾ ਕਿ ਉਹਨਾਂ ਦੇ ਇਉਂ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਜਿਉਣਾ ਨਹੀਂ ਭਾਉਂਦਾ, ਚੰਗਾ ਨਹੀਂ ਲੱਗਦਾ, ਪਰ ਆਪਣੀ ਜੋਤ ਉਹ ਆਪ ਜੀ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਕਰ ਗਏ ਨੇ। ਮਹਾਰਾਜ, ਸਿੱਖ ਸੰਗਤਾਂ ਆਪ ਦੇ ਦਰਸ਼ਨ ਚਾਹੁੰਦੀਆਂ, ਸੰਗਤਾਂ ਨੂੰ ਦਰਸ਼ਨ ਦਿਓ, ਉਪਦੇਸ਼ ਦੀ ਦਾਤ ਬਖਸ਼ਿਸ਼ ਕਰੋ। ਜਦੋਂ ਉਪਦੇਸ਼ ਦੀ ਦਾਤ ਬਖਸ਼ਿਸ਼ ਕਰੋ ਇਹ ਬੇਨਤੀ ਕੀਤੀ, ਤਾਂ ਉਸ ਵਕਤ ਮਹਾਰਾਜ ਨੇ ਦੂਸਰਾ ਸਲੋਕ ਉਚਾਰਨ ਕੀਤਾ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ, ਤਿੰਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਓ। ਜਿਨ੍ਹਾਂ ਦਾ ਗੁਰੂ ਨਾਨਕ ਦੇਵ ਸਾਹਿਬ ਗੁਰੂ ਹੈ ਉਹਨਾਂ ਨੂੰ ਕੀ ਉਪਦੇਸ਼ ਦੇਣਾ ਹੈ? ਸੋ ਬੇਨਤੀ ਕੀਤੀ ਬਾਬਾ ਬੁੱਢਾ ਜੀ ਨੇ, ਮਹਾਰਾਜ ਧੰਨ ਆਪ ਜੀ ਦੇ ਬਚਨ, ਪਰ ਸੰਸਾਰ ਦਾ ਭਾਰ ਉਤਾਰਾ ਕਰਨ ਦੀ ਜ਼ਿੰਮੇਵਾਰੀ ਸਤਿਗੁਰੂ ਜੀ ਨੇ ਆਪ ਜੀ ਨੂੰ ਬਖਸ਼ੀ ਹੈ, ਉਸ ਜ਼ਿੰਮੇਵਾਰੀ ਨੂੰ ਨਿਭਾਓ। ਫਿਰ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਬਾਹਰ ਆਏ ਸਨ ਅਤੇ ਇਉਂ ਖਡੂਰ ਸਾਹਿਬ ਵਿਖੇ ਦੀਵਾਨ ਲਾਉਣੇ ਆਰੰਭ ਕੀਤੇ ਸੀ। ਬਹੁਤੀ ਬਾਣੀ ਦਾ ਉਚਾਰਨ ਸਤਿਗੁਰੂ ਅੰਗਦ ਦੇਵ ਜੀ ਨੇ ਨਹੀਂ ਕੀਤਾ, ਕੇਵਲ ਸਲੋਕ ਆਪ ਜੀ ਨੇ ਉਚਾਰਨ ਕੀਤੇ ਨੇ।
ਔਰ ਆਪਣੀ ਹਜ਼ੂਰੀ ਵਿੱਚ ਰਹਿਣ ਵਾਲੇ ਗੁਰਸਿੱਖ ਪਿਆਰੇ ਜੋ ਸੰਸਕ੍ਰਿਤ ਅਤੇ ਗੁਰਮੁਖੀ ਦੋਹਾਂ ਅੱਖਰਾਂ ਦੀ ਵਿੱਦਿਆ ਜਾਣਦੇ ਨੇ, ਉਹਨਾਂ ਕੋਲੋਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਪਹਿਲੇ ਸਤਿਗੁਰਾਂ ਦੀ ਬਾਣੀ ਵੀ ਲਿਖਵਾਈ, ਆਪਣੇ ਸਲੋਕ ਵੀ ਲਿਖਵਾਏ, ਭਾਈ ਸਾਹਿਬ ਭਾਈ ਬਾਲਾ ਜੀ ਕੋਲੋਂ ਗੁਰੂ ਕਾ ਇਤਿਹਾਸ ਸਰਵਣ ਕਰਕੇ ਸਤਿਗੁਰੂ ਅੰਗਦ ਦੇਵ ਜੀ ਨੇ ਉਹ ਇਤਿਹਾਸ ਵੀ ਲਿਖਾਇਆ। ਅਤੇ ਸਮਾਂ ਆਇਆ ਜਦੋਂ ਇਉਂ ਆਪ ਜੀ ਨੇ ਖਡੂਰ ਸਾਹਿਬ ਵਿਖੇ ਵਿੱਦਿਆ ਦਾ ਪ੍ਰਵਾਹ ਚਲਾਇਆ, ਸਰੀਰਕ ਸਿਹਤ ਦੀ ਸੰਭਾਲ ਦੇ ਵਾਸਤੇ ਮਲ ਅਖਾੜਿਆਂ ਦਾ ਪ੍ਰਬੰਧ ਵੀ ਕੀਤਾ, ਅਤੇ ਫਿਰ ਆਪਣੀ ਹਜ਼ੂਰੀ ਵਿੱਚ ਸੇਵਾ ਕਰਨ ਵਾਲੇ ਆਪਣੇ ਪਰਮ ਸੇਵਕ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਦੂਸਰੇ ਪਾਤਸ਼ਾਹ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖੀ ਦਾ ਧੁਰਾ ਸ੍ਰੀ ਗੋਇੰਦਵਾਲ ਸਾਹਿਬ ਨੂੰ ਬਣਾਇਆ, ਜਿਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਖਸ਼ਿਸ਼ ਦੇ ਨਾਲ ਆਪ ਜੀ ਨੇ ਆਪ ਵਸਾਇਆ ਸੀ। ਗੁਰੂ ਕੇ ਹੁਕਮ ਮੁਤਾਬਕ ਸਤਿਗੁਰੂ ਅੰਗਦ ਦੇਵ ਜੀ ਦੇ ਹੁੰਦਿਆਂ ਹੀ ਗੋਇੰਦਵਾਲ ਨੂੰ ਵਸਾਇਆ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ। ਸੋ ਇੱਥੇ ਆ ਕੇ ਨਿਵਾਸ ਰੱਖਿਆ, ਅਤੇ ਇਉਂ ਆਪ ਜੀ ਨੇ ਵੀ ਸਤਿਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਹਿੰਦੁਸਤਾਨ ਭਰ ਵਿੱਚ ਵਿਚਰ ਕੇ ਗੁਰੂ ਘਰ ਦੀ ਉੱਤਮ ਵਿਚਾਰਧਾਰਾ ਦਾ ਪ੍ਰਚਾਰ ਕੀਤਾ, ਜੋ ਉਪਦੇਸ਼ ਬਖਸ਼ਿਸ਼ ਕੀਤਾ ਉਸ ਉਪਦੇਸ਼ ਨੂੰ ਆਪ ਜੀ ਨੇ ਬਾਣੀ ਰੂਪ ਵਿੱਚ ਹੀ ਉਚਾਰਨ ਕੀਤਾ। ਪਹਿਲੇ ਸਤਿਗੁਰਾਂ ਦੀ ਤਰ੍ਹਾਂ ਬੇਅੰਤ ਸ਼ਬਦ ਉਚਾਰਨ ਕੀਤੇ ਜੋ ਆਮ ਆਪਾਂ ਸੰਗਤਾਂ ਸਰਵਣ ਕਰਦੀਆਂ ਹਾਂ। ਸ੍ਰੀ ਆਨੰਦ ਸਾਹਿਬ ਵਰਗੀਆਂ ਪਾਵਨ ਬਾਣੀਆਂ ਦੀ ਦਾਤ ਬਖਸ਼ਿਸ਼ ਕੀਤੀ, ਹੋਰ ਬਹੁ ਪੱਖੀ ਸਰਵ ਪੱਖੀ ਉਪਦੇਸ਼ ਬਾਣੀ ਉਚਾਰਨ ਕਰਕੇ ਬਖਸ਼ਿਸ਼ ਕੀਤਾ, ਔਰ ਬਾਣੀ ਆਪ ਜੀ ਦੇ ਸਮੇਂ ਲਿਖਣ ਦੀ ਸੇਵਾ ਆਪ ਜੀ ਦੇ ਕੁਲ ਦੇ ਵਿੱਚੋਂ ਗੁਰਮੁਖ ਪਿਆਰੇ ਭਾਈ ਸੰਸ ਰਾਮ ਜੀ ਜੋ ਆਪ ਜੀ ਦੇ ਪੋਤਰੇ ਲੱਗਦੇ ਨੇ ਉਹ ਨਿਭਾਇਆ ਕਰਦੇ ਸਨ। ਦੋ ਸਾਹਿਬਜ਼ਾਦੇ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਅਤੇ ਬਾਬਾ ਮੋਹਨ ਜੀ ਦੇ ਸਪੁੱਤਰ ਨੇ ਬਾਬਾ ਸੰਸ ਰਾਮ ਜੀ, ਉਹ ਗੁਰਬਾਣੀ ਲਿਖਣ ਦੀ ਸੇਵਾ ਨਾਲ ਨਾਲ ਨਿਭਾਉਂਦੇ, ਜੋ ਵੀ ਬਾਣੀ ਦਾ ਉਚਾਰਨ ਹੁੰਦਾ ਗੁਰੂ ਕੇ ਹੁਕਮ ਮੁਤਾਬਕ ਉਸ ਨੂੰ ਲਿਖਤੀ ਰੂਪ ਵਿੱਚ ਉਹ ਸੰਭਾਲਿਆ ਕਰਦੇ ਸਨ। ਅਤੇ ਸਾਰੀਆਂ ਪੋਥੀਆਂ, ਚਾਹੇ ਉਹ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਹੈ, ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਨੇ ਵਿਚਰ ਕੇ ਜਿਹੜੀ ਥਾਵਾਂ ਥਾਵਾਂ 'ਤੇ ਵਾਹਿਗੁਰੂ ਦੇ ਭਗਤਾਂ ਦੀ ਬਾਣੀ ਵੀ ਇਕੱਤਰ ਕਰਕੇ ਕੋਲ ਰੱਖੀ ਸੀ ਉਹ ਵੀ, ਅਤੇ ਫਿਰ ਇਉਂ ਤੀਸਰੇ ਪਾਤਸ਼ਾਹੀ ਦੀ ਬਾਣੀ ਵੀ, ਉਹ ਸਾਰੀਆਂ ਪੋਥੀਆਂ ਬਾਬਾ ਸੰਸ ਰਾਮ ਜੀ ਲਿਖ ਕੇ ਸੰਭਾਲਦੇ, ਔਰ ਤਿਨ੍ਹਾਂ ਦੇ ਸਤਿਕਾਰਯੋਗ ਪਿਤਾ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਦੀ ਉਹਨਾਂ ਪੋਥੀਆਂ ਦੀ ਸੇਵਾ ਸੰਭਾਲ ਦੀ ਵਿਸ਼ੇਸ਼ ਸੇਵਾ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਲਗਾਈ ਸੀ। ਤੁਸਾਂ ਗੁਰੂ ਕੀ ਆਈ ਅਗੰਮੀ ਬਾਣੀ ਦੀ ਸੇਵਾ ਸੰਭਾਲ ਕਰਨੀ ਹੈ, ਇਹਨਾਂ ਪੋਥੀਆਂ ਦਾ ਪੂਰਨ ਤੌਰ 'ਤੇ ਸਤਿਕਾਰ ਕਾਇਮ ਰੱਖਣਾ ਹੈ। ਅਤੇ ਆਪਣੇ ਤਪ ਸਥਾਨ ਚੁਬਾਰਾ ਸਾਹਿਬ ਜੀ ਵਿਖੇ ਬਾਬਾ ਮੋਹਨ ਜੀ ਉਹਨਾਂ ਪੋਥੀਆਂ ਦੀ ਸੇਵਾ ਕਰਿਆ ਕਰਦੇ, ਧੂਫ ਬੱਤੀ ਕਰਿਆ ਕਰਦੇ, ਸਰਬ ਪ੍ਰਕਾਰ ਪੂਰੀ ਜ਼ਿੰਮੇਵਾਰੀ ਨਾਲ ਸੰਭਾਲ ਕਰਦੇ ਸਨ। ਅਤੇ ਉਹ ਸਮਾਂ ਆਇਆ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਉੱਪਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੁਭਾਏ ਮਾਨ ਕੀਤਾ। ਬਾਬਾ ਬੁੱਢਾ ਜੀ ਸਹਿਤ ਸਮੁੱਚੀਆਂ ਸੰਗਤਾਂ ਨੂੰ ਅਤੇ ਸਮੁੱਚੇ ਪਰਿਵਾਰ ਨੂੰ ਤੀਸਰੇ ਪਾਤਸ਼ਾਹੀ ਦੀ ਆਗਿਆ ਹੋਈ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਭਾਈ ਸਾਡਾ ਰੂਪ ਜਾਣ ਕੇ ਸਾਰੇ ਹੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ। ਸਭਨਾਂ ਨੇ ਹੁਕਮ ਮੰਨਿਆ, ਬਾਬਾ ਬੁੱਢਾ ਜੀ ਨੇ ਵੀ, ਸਾਰੀਆਂ ਸੰਗਤਾਂ ਨੇ ਵੀ, ਪਰਿਵਾਰ ਨੇ ਵੀ, ਪਰ ਵੱਡੇ ਪੁੱਤਰ ਬਾਬਾ ਮੋਹਨ ਜੀ ਉਹ ਅੜ ਖਲੋਤੇ, ਇਹ ਰਾਮਦਾਸ ਜੀ ਸਾਡੇ ਤੋਂ ਛੋਟੇ ਨੇ, ਇਹ ਤਾਂ ਸਾਡੇ ਘਰ ਵਿੱਚ ਟੋਕਰੀ ਢੋਣ ਦੀ ਸੇਵਾ ਕਰਦੇ ਰਹੇ ਨੇ।
ਮੈਂ ਗੁਰੂ ਕਾ ਪੁੱਤਰ ਹਾਂ, ਵੱਡਾ ਪੁੱਤਰ, ਮੈਂ ਮਹਾਂ ਤਪੱਸਵੀ ਹਾਂ, ਮੇਰਾ ਹੱਕ ਬਣਦਾ ਸੀ, ਮੇਰਾ ਅਧਿਕਾਰ ਬਣਦਾ ਸੀ, ਮੈਂ ਰਾਮਦਾਸ ਜੀ ਅੱਗੇ ਕਿਉਂ ਝੁਕਾਂ? ਇਹ ਹੰਕਾਰ ਬਿਰਤੀ ਬਾਬਾ ਮੋਹਨ ਜੀ ਦੇ ਮਨ ਵਿੱਚ ਉੱਠ ਖਲੋਤੀ ਸੀ। ਨਹੀਂ ਝੁਕੇ, ਨਹੀਂ ਗੁਰੂ ਕਾ ਬਚਨ ਮੰਨਿਆ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ। ਛੋਟੇ ਸਪੁੱਤਰ ਸਤਿਗੁਰੂ ਅਮਰਦਾਸ ਜੀ ਦੇ ਬਾਬਾ ਮੋਹਰੀ ਜੀ, ਉਹ ਸਨਮੁਖ ਹੋਏ, ਉਹਨਾਂ ਪਿਤਾ ਗੁਰੂ ਕਾ ਹੁਕਮ ਮੰਨਿਆ ਅਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀ ਪਏ। ਪਰ ਬਾਬਾ ਮੋਹਨ ਜੀ ਆਕੀ ਹੋ ਕੇ ਰਹੇ। ਮਹਾਰਾਜ ਤੀਸਰੇ ਪਾਤਸ਼ਾਹ ਨੇ ਬਚਨ ਕੀਤੇ, ਮੋਹਨ ਤੂੰ ਹੰਕਾਰ ਦੇ ਵਿੱਚ ਆਫਰਿਆ ਹੋਇਆ। ਇੰਨਾ ਹੀ ਬਚਨ ਹੋਇਆ, ਸਤਿਗੁਰੂ ਅਮਰਦਾਸ ਸਾਹਿਬ ਜੀ ਬਾਅਦ ਵਿੱਚ ਜੋਤੀ ਜੋਤ ਸਮਾਏ ਨੇ। ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨਾਂ ਦੇ ਮੁਤਾਬਕ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਕੀਤੀ ਸੀ। ਉਸ ਸਥਾਨ 'ਤੇ ਆ ਕੇ ਨਵਾਂ ਨਗਰ ਵਸਾਇਆ, ਆਪਣਾ ਨਿਵਾਸ ਉੱਥੇ ਰੱਖਿਆ, ਬੇਅੰਤ ਸਿੱਖ ਸੰਗਤਾਂ ਨੂੰ ਤਾਰਦੇ ਨੇ। ਔਰ ਪਿੱਛੇ ਬਾਬਾ ਮੋਹਨ ਜੀ ਜਦੋਂ ਸਮਾਧੀ ਵਿੱਚ ਲੀਨ ਹੁੰਦੇ ਨੇ, ਬਿਰਤੀ ਤਾਂ ਟਿਕਦੀ ਹੈ ਪਰ ਸ਼ਾਂਤੀ ਨਹੀਂ ਆਉਂਦੀ, ਮਨ ਨੂੰ ਟਿਕਾ ਨਹੀਂ ਆਉਂਦਾ। ਉਹ ਜਿਹੜਾ ਹੰਕਾਰ ਹੈ ਉਹ ਵਾਰ ਵਾਰ ਤੰਗ ਕਰਦਾ ਹੈ, ਅਤੇ ਇਉਂ ਆਪਣੇ ਕੀਤੇ ਹੋਏ 'ਤੇ ਪਛਤਾਵਾ ਵੀ ਹੁੰਦਾ ਕਿ ਮੈਂ ਪਿਤਾ ਸਤਿਗੁਰਾਂ ਦਾ ਬਚਨ ਕਿਉਂ ਨਹੀਂ ਮੰਨਿਆ, ਪਿਤਾ ਜੀ ਨੇ ਕਹਿਣ ਦਿੱਤਾ ਸੀ ਕਿ ਮੋਹਨ ਤੂੰ ਆਫਰ ਗਿਆ। ਅਤੇ ਹੁਣ ਬਾਬਾ ਮੋਹਨ ਜੀ ਅਰਦਾਸਾਂ ਬੇਨਤੀਆਂ ਕਰਦੇ ਨੇ, ਪਿਤਾ ਜੀ ਮੈਂ ਭੁੱਲ ਗਿਆ, ਮੈਨੂੰ ਬਖਸ਼ ਲਵੋ। ਮਹਾਰਾਜ ਆਨੰਦ ਪ੍ਰਾਪਤ ਨਹੀਂ ਹੁੰਦਾ, ਇਹ ਅਫਾਰੇ ਦਾ ਰੋਗ ਨਹੀਂ ਮਿਟਦਾ, ਅਫਾਰਾ ਜਿਹਾ ਪੇਟ ਦੇ ਵਿੱਚ ਵੀ ਰਹਿੰਦਾ ਹੈ ਅਤੇ ਮਤ ਵੀ ਹੰਕਾਰ ਦੇ ਅਫਾਰੇ ਵਿੱਚ ਰਹਿੰਦੀ ਹੈ, ਖਹਿੜਾ ਨਹੀਂ ਛੁੱਟ ਰਿਹਾ। ਹੇ ਪਿਤਾ ਸਤਿਗੁਰੂ ਜੀ, ਦਰਸ਼ਨ ਬਖਸ਼ਿਸ਼ ਕਰੋ, ਮੇਰੇ 'ਤੇ ਕਿਰਪਾ ਕਰੋ। ਹੁਣ ਸੱਚੇ ਮਨੋਂ ਕੀਤੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੁੰਦੀਆਂ ਨੇ ਗੁਰੂ ਕੇ ਦਰ 'ਤੇ। ਸਾਧ ਸੰਗਤ ਜੀ, ਗੁਰਬਾਣੀ ਦਾ ਬਚਨ ਹੈ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸਰੀਰਕ ਰੂਪ ਵਿੱਚ ਗੁਰੂ ਕੇ ਕੌਤਕ ਇਹ ਨੇ ਕਿ ਸਰੀਰ ਦੁਨੀਆਂ 'ਤੇ ਜਨਮ ਲੈ ਕੇ ਆਇਆ ਵੀ ਅਤੇ ਸਰੀਰਾਂ ਦਾ ਤਿਆਗ ਵੀ ਹੋਇਆ। ਸਤਿਗੁਰੂ ਜੀ ਪ੍ਰਕਾਸ਼ਮਾਨ ਵੀ ਹੋਏ ਦੁਨੀਆਂ 'ਤੇ ਅਤੇ ਜੋਤੀ ਜੋਤ ਵੀ ਸਮਾਏ, ਪਰ ਉਹ ਪੰਜ ਤੱਤਾਂ ਦਾ ਸਰੀਰਕ ਰੂਪ ਉਹ ਸਤਿਗੁਰਾਂ ਦੇ ਕੌਤਕ ਨੇ। ਅਸਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤੱਖ ਸਰੂਪ ਨੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖਹੁ ਨੈਣ। ਗੁਰੂ ਆਉਣ ਜਾਣ ਵਿੱਚ ਨਹੀਂ, ਗੁਰੂ ਜਨਮ ਮਰਨ ਦੇ ਗੇੜ ਵਿੱਚ ਨਹੀਂ, ਗੁਰੂ ਤਾਂ ਅਵਿਨਾਸੀ ਹੈ ਅਤੇ ਸਭਨਾਂ ਵਿੱਚ ਸਮਾਇਆ ਹੋਇਆ। ਸਰਬ ਕਲਾ ਸਮਰੱਥ ਵਾਹਿਗੁਰੂ ਦੇ ਪ੍ਰਤੱਖ ਰੂਪ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਤੱਖ ਦਰਸ਼ਨ ਦਿਦਾਰੇ ਸਪੁੱਤਰ ਬਾਬਾ ਮੋਹਨ ਜੀ ਨੂੰ ਬਖਸ਼ਿਸ਼ ਕੀਤੇ। ਚਰਨ ਪਕੜੇ ਬੇਨਤੀ ਕੀਤੀ, ਮਹਾਰਾਜ ਬਖਸ਼ ਲਵੋ। ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਸੀ, ਪੁੱਤਰ ਮੋਹਨ ਜਦੋਂ ਝੁਕਣਾ ਬਣਦਾ ਸੀ ਉਦੋਂ ਤੂੰ ਝੁਕਿਆ ਨਹੀਂ, ਨਿਮਰਤਾ ਦਾ ਧਾਰਨੀ ਨਹੀਂ ਬਣਿਆ ਜਿਹੜੀ ਨਿਮਰਤਾ ਤੈਨੂੰ ਧਾਰਨ ਕਰਨੀ ਚਾਹੀਦੀ ਸੀ, ਤਾਂ ਕਰਕੇ ਤੇਰੀ ਇਹ ਅਵਸਥਾ ਹੈ, ਇਹ ਹਾਲਤ ਹੈ। ਜਿੰਨੀ ਨਿਮਰਤਾ ਉਦੋਂ ਧਾਰਨ ਕਰਨੀ ਚਾਹੀਦੀ ਸੀ ਨਾ, ਉਹਦੇ ਨਾਲੋਂ ਵੀ ਦੁੱਗਣੀ ਨਿਮਰਤਾ ਹੋਰ ਧਾਰਨ ਕਰਨੀ ਪਵੇਗੀ ਤਾਂ ਗੱਲ ਬਣੇਗੀ। ਬੇਨਤੀ ਕਰਦੇ ਨੇ ਬਾਬਾ ਮੋਹਨ ਜੀ, ਸਤਿਗੁਰੂ ਹੁਕਮ ਕਰੋ ਕੀ ਕਰਾਂ। ਮਹਾਰਾਜ ਕਹਿਣ ਲੱਗੇ, ਸਤਿਗੁਰੂ ਰਾਮਦਾਸ ਜੀ ਨੂੰ ਉਮਰ ਵਿੱਚ ਆਪਣੇ ਤੋਂ ਛੋਟਾ ਜਾਣ ਕੇ ਅਤੇ ਆਪਣੇ ਦਰ ਘਰ ਦੇ ਸੇਵਕ ਜਾਣ ਕੇ ਉਹਨਾਂ ਅੱਗੇ ਤੁਸੀਂ ਨਹੀਂ ਸੀ ਝੁਕੇ, ਮਾਣ ਕੀਤਾ ਸੀ ਉਮਰ ਦੇ ਵੱਡੇ ਹੋਣ ਦਾ, ਗੁਰੂ ਪੁੱਤਰ ਹੋਣ ਦਾ ਅਤੇ ਮਹਾਨ ਤਪੱਸਵੀ ਹੋਣ ਦਾ, ਹੁਣ ਇੰਨੀ ਜ਼ਿਆਦਾ ਨਿਮਰਤਾ ਧਾਰਨ ਕਰਨੀ ਪਵੇਗੀ
ਕਿ ਜਦੋਂ ਸਤਿਗੁਰੂ ਰਾਮਦਾਸ ਜੀ ਦੇ ਪੁੱਤਰ ਸਾਹਿਬਜ਼ਾਦੇ ਗੁਰੂ ਅਰਜਨ ਜੀ ਗੁਰਤਾ ਦੇ ਤਖ਼ਤ 'ਤੇ ਸੁਭਾਏਮਾਨ ਹੋਣਗੇ, ਤੁਸੀਂ ਉਹਨਾਂ ਦੇ ਚਰਨਾਂ 'ਤੇ ਜਦੋਂ ਝੁਕੋਗੇ ਉਹ ਤੁਹਾਡੇ 'ਤੇ ਕਿਰਪਾ ਕਰਨਗੇ। ਬਾਬਾ ਮੋਹਨ ਜੀ ਬੇਨਤੀ ਕਰਦੇ, ਮਹਾਰਾਜ ਉਹ ਸਮਾਂ ਮੈਂ ਕਦ ਪ੍ਰਾਪਤ ਕਰਾਂਗਾ, ਕਿਵੇਂ ਪ੍ਰਾਪਤ ਹੋਵੇਗਾ? ਮਹਾਰਾਜ ਨੇ ਬਚਨ ਕੀਤਾ ਸੀ, ਸ੍ਰੀ ਗੁਰੂ ਅਮਰਦਾਸ ਜੀ ਨੇ ਇਤਿਹਾਸ ਵਿੱਚ ਬਚਨ ਦਰਜ ਨੇ, ਮਹਾਰਾਜ ਨੇ ਫਰਮਾਇਆ ਕਿ ਮੋਹਨ ਗੁਰਬਾਣੀ ਦੀਆਂ ਪੋਥੀਆਂ ਤੁਹਾਡੇ ਕੋਲ ਨੇ, ਇਹਨਾਂ ਦੀ ਸੇਵਾ ਸੰਭਾਲ ਕਰਦੇ ਰਹੋ, ਹੋਰ ਕਿਸੇ ਨੂੰ ਦੇਣੀਆਂ ਨਹੀਂ। ਜਦੋਂ ਸਤਿਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ 'ਤੇ ਸੁਸ਼ੋਭਿਤ ਹੋਣਗੇ, ਬਾਣੀ ਦਾ ਜਹਾਜ਼ ਰਚਣਗੇ, ਉਹ ਆਪ ਪੋਥੀਆਂ ਲੈਣ ਵਾਸਤੇ ਤੁਹਾਡੇ ਕੋਲ ਆਉਣਗੇ, ਉਦੋਂ ਗੁਰਬਾਣੀ ਦੀਆਂ ਪੋਥੀਆਂ ਉਹਨਾਂ ਦੇ ਹਵਾਲੇ ਕਰਨੀਆਂ, ਉਹ ਤੁਹਾਡੇ 'ਤੇ ਉਦੋਂ ਕਿਰਪਾ ਕਰਨਗੇ, ਉਦੋਂ ਤੱਕ ਤੁਸੀਂ ਬੰਦਗੀ ਕਰੋ, ਤਪੱਸਿਆ ਵਿੱਚ ਲੀਨ ਰਹੋ। ਸੱਤ ਬਚਨ ਕਿਹਾ, ਸਤਿਗੁਰੂ ਜੀ ਅੰਤਰ ਧਿਆਨ ਹੋਏ, ਅਲੋਪ ਹੋ ਗਏ। ਉਦੋਂ ਤੋਂ ਬਾਬਾ ਮੋਹਨ ਜੀ ਜਿਹੜੇ ਸਨ ਉਹ ਸੁਰਤ ਟਿਕਾ ਕੇ ਨਾਮ ਬਾਣੀ ਦਾ ਅਭਿਆਸ ਕਰਦੇ ਅਤੇ ਸਮੇਂ ਦੀ ਉਡੀਕ ਦੇ ਵਿੱਚ ਸਨ, ਪੋਥੀਆਂ ਉਹਨਾਂ ਦੇ ਕੋਲ ਰਹੀਆਂ। ਉੱਧਰ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਬਾਣੀ ਉਚਾਰਨ ਕੀਤੀ ਹੈ ਉਹਨੂੰ ਲਿਖਤੀ ਰੂਪ ਵਿੱਚ ਵੀ ਸੰਭਾਲਿਆ ਹੈ। ਸਮਾਂ ਆਉਂਦਾ ਹੈ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ। ਜਦੋਂ ਆਪਣੇ ਜੋਤੀ ਜੋਤ ਸਮਾਉਣ ਤੋਂ ਤਕਰੀਬਨ 2 ਦਿਨ ਪਹਿਲਾਂ ਸਤਿਗੁਰੂ ਰਾਮਦਾਸ ਜੀ ਗੁਰਤਾ ਗੱਦੀ ਦੀ ਦਾਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕਰਦੇ ਨੇ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ, ਅਤੇ ਫਿਰ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਕੇ ਜੋਤੀ ਜੋਤ ਸਮਾਉਂਦੇ ਨੇ। ਅੰਮ੍ਰਿਤਸਰ ਸਾਹਿਬ ਵਿਖੇ ਰਹਿੰਦਿਆਂ ਹੋਇਆਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅੰਮ੍ਰਿਤ ਸਰੋਵਰ ਦੀ ਸੇਵਾ ਨੂੰ ਸੰਪੂਰਨ ਕਰਵਾਉਂਦੇ ਨੇ, ਔਰ ਇਸੇ ਤਰ੍ਹਾਂ ਸੰਤੋਖਸਰ ਸਰੋਵਰ ਲਗਵਾਉਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਦੀ ਉਸਾਰੀ ਹੁੰਦੀ ਹੈ, ਸਿੱਖ ਕੌਮ ਦਾ ਕੇਂਦਰੀ ਅਸਥਾਨ ਕਾਇਮ ਕੀਤਾ ਜਾਂਦਾ ਹੈ, ਅਤੇ ਨਾਲ ਹੀ ਆਈਆਂ ਸਿੱਖ ਸੰਗਤਾਂ ਨੂੰ ਸਤਿਗੁਰੂ ਜੀ ਉਪਦੇਸ਼ ਦੇ ਕੇ ਨਿਹਾਲ ਕਰਦੇ ਨੇ, ਅਤੇ ਗੁਰੂ ਘਰ ਦੀ ਪ੍ਰਾਤਨ ਚੱਲੀ ਆ ਰਹੀ ਮਹਾਨ ਰੀਤ ਮੁਤਾਬਕ ਜੋ ਵੀ ਉਪਦੇਸ਼ ਉਚਾਰਦੇ ਨੇ ਉਹ ਅੰਮ੍ਰਿਤ ਰੂਪ ਗੁਰਬਾਣੀ ਦੇ ਸ਼ਬਦ ਉਚਾਰਨ ਕਰਕੇ ਉਚਾਰਦੇ ਨੇ। ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸੁਭਾਏਮਾਨ ਹੈ। ਕਿਵੇਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਗੁਰਬਾਣੀ ਦਾ ਸੰਗ੍ਰਹਿ ਤਿਆਰ ਕਰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਉਂਦੇ ਨੇ, ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ, ਕਿਵੇਂ ਵਿਸ਼ੇਸ਼ ਤੌਰ 'ਤੇ ਸਤਿਕਾਰ ਗੁਰੂ ਘਰ ਦੇ ਵਿੱਚ ਰਹਿੰਦਾ ਅੰਮ੍ਰਿਤ ਰੂਪ ਬਾਣੀ ਦਾ, ਅਤੇ 10ਵੇਂ ਪਾਤਸ਼ਾਹ ਜੀ ਫਿਰ ਦੁਬਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਉਂ ਲਿਖਵਾਉਂਦੇ ਨੇ, ਕੌਤਕ ਕਿਵੇਂ ਵਾਪਰਦਾ ਹੈ, ਇਹ ਕੱਲ੍ਹ ਐਤਵਾਰ ਦਾ ਜੋ ਵਿਸ਼ੇਸ਼ ਹਫ਼ਤਾਵਾਰੀ ਦੀਵਾਨ ਹੈ ਉਹਦੇ ਵਿੱਚ ਇਸ ਲੜੀ ਨੂੰ ਦਾਸ ਅੱਗੇ ਤੋਰਨ ਦਾ ਯਤਨ ਕਰੇਗਾ। ਹੁਣ ਸਮੇਂ ਦੀ ਸਮਾਪਤੀ ਹੈ, ਇਤਿਹਾਸ ਗੁਰੂ ਕਾ ਲੰਬੇਰਾ ਹੈ, ਕਥਾ ਕਹਾਣੀਆਂ ਬੇਅੰਤ ਹਨ, ਔਰ ਇਉਂ ਕੋਈ 1-1.5 ਘੰਟੇ ਦੇ ਸਮੇਂ ਵਿੱਚ ਤਾਂ ਕਿ ਸਮੁੱਚੀ ਜ਼ਿੰਦਗੀ ਵਿੱਚ ਵੀ ਕਦੇ ਵਰਣਨ ਪੂਰਾ ਨਹੀਂ ਹੋ ਸਕਦਾ। ਸੰਖੇਪ ਵਿੱਚ ਇੰਨੀਆਂ ਕੁ ਬੇਨਤੀਆਂ ਕੀਤੀਆਂ ਨੇ, ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਕੱਲ੍ਹ ਦੇ ਦੀਵਾਨ ਵਿੱਚ ਜੋ ਸਮਾਂ ਪ੍ਰਬੰਧਕਾਂ ਵੱਲੋਂ ਦੱਸਿਆ ਜਾਵੇ ਵਕਤ ਸਿਰ ਹਾਜ਼ਰੀਆਂ ਭਰਨੀਆਂ, ਹੋਰ ਸੰਗਤਾਂ ਨੂੰ ਵੀ ਨਾਲ ਲੈ ਕੇ ਆਉਣਾ। ਸੋ ਇਸ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੇ ਬਾਰੇ ਔਰ ਦਸਮ ਪਿਤਾ ਜੀ ਵੱਲੋਂ ਹੋਰ ਜੋ ਬਖਸ਼ਿਸ਼ ਹੋਈ ਅਰਥਾਂ ਦੀ ਸੰਪਰਦਾ ਦਮਦਮੀ ਟਕਸਾਲ, ਇਹਦੇ ਬਾਰੇ ਵਿਚਾਰ ਕੱਲ੍ਹ ਸੰਗਤਾਂ ਦੇ ਸਨਮੁੱਖ ਰੱਖੇ ਜਾਣਗੇ। ਗੁਰੂ ਮਹਾਰਾਜ ਕਿਰਪਾ ਕਰਨ, ਸਰਬੱਤ ਸੰਗਤਾਂ ਨੂੰ ਦਰੋਂ ਕਰੋਂ ਗੁਰਮਤਿ ਗੁਰਸਿੱਖੀ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।